ਸੱਤੀ ਬਹੁਤ ਚੰਗਾ ਲੱਗ ਰਿਹਾ ਕਿਉਂਕਿ ਮਾਸਟਰ ਜੀ ਤਾਂ ਮੇਰੇ ਲਈ ਕੀ ਨੇ ਮੈਂ ਹੀ ਜਾਣ ਸਕਦਾ ਮਤਲਬ ਅੱਜ ਗਾਇਆ ਗਾਣਾ ਦੂਜੇ ਦਿਨ ਮੈਨੂੰ ਸਟਾਰ ਬਣਾਤਾ ਇਸ ਗਾਣੇ ਨੇ ਮੇਰੇ ਗਾਣੇ 'ਚ ਮੈਨੂੰ ਤਾਕਤ ਉਦੋਂ ਪਤਾ ਲੱਗਦੀ ਜਦੋਂ ਮਾਸਟਰ ਜੀ ਦਾ ਕੋਈ ਗਾਣਾ ਹੁਣ ਤੱਕ ਔਨ ਕੈਮਰਾ ਕਹਿਣ ਲੱਗਾ ਜਦੋਂ ਮੈਂ ਮਾੜਾ ਜਿਹਾ ਗੁਣਗੁਣਾ ਦਿੰਦਾ ਨਾ ਗਾਣਾ ਮਾਸਟਰ ਜੀ ਨੂੰ ਜੋਸ਼ ਇੱਦਾਂ ਆਉਂਦਾ ਨਾ ਮੈਂ ਕਿਹਾ ਵੀ ਵਾਕਈ ਜਾਣਾ ਗਾਣੇ 'ਚ ਹੈ ਨਾ ਇੱਥੇ ਸੱਤੀ ਜੀ ਮੈਂ ਵੀ ਇਹਨਾਂ ਬਾਰੇ ਇੱਕ ਕਹਿਣਾ ਚਾਹੁੰਦਾ ਉਹ ਜਿਨ੍ਹਾਂ ਦੇ ਕੋਲ ਰਹਿੰਦਾ ਸੀ ਉਹਨਾਂ ਦਾ ਵਿਆਹ ਸੀ ਉਹ ਕਹਿਣ ਲੱਗੇ ਵੀ ਮੇਰੀ ਡਿਊਟੀ ਲਾ ਦਿੱਤੀ ਸਿੰਗਰ ਇਹ ਆਉਣੇ ਚਾਹੀਦੇ ਮਨਮੋਹਨ ਵਾਰਸ ਜੀ ਨੂੰ ਕਿਹਾ ਉਹਨਾਂ ਨੇ ਅਤੇ ਵੀ ਉਹ ਇੱਥੇ ਲੱਗਣੇ ਚਾਹੀਦੇ ਆ ਹਰਭਜਨ ਮਾਨ ਨੂੰ ਕਿਹਾ ਵੀ ਉੱਥੇ ਲੱਗਣੇ ਚਾਹੀਦੇ ਉਹ ਕਹਿੰਦਾ ਦੋ ਹੀ ਗਾਣੇ ਗਾਣੇ ਨੇ ਕਿੱਕਲੀ ਪਾ ਕੇ ਅਤੇ ਬੀਨ ਮੈਂ ਕਹਿੰਦਾ ਵੀ ਉਹਨਾਂ ਨੇ ਹਨੇਰੀ ਠਾਲਦੀ ਪੈਸੇ ਇੱਕ ਇੱਧਰ ਖੜ ਗਿਆ ਬੰਦਾ ਇੱਕ ਇੱਧਰ ਮੈਂ ਅਮਰੂਚੀ ਦੇ ਪੈ ਮਤਲਬ ਪੂੰਛ ਚੁਕਾ ਦਿੰਦਾ ਸੀ ਇੱਥੋਂ 4 ਕਿਲੋਮੀਟਰ ਮੇਰਾ ਸਕੂਲ ਪੈਂਦਾ ਉਹ ਰੋਡ ਹੈ ਕਿੱਕਲੀ ਪਾ ਕੇ ਪਤਨੀ ਹੈ ਨਾ ਕੋਰਸ ਚੱਲਦਾ ਇਹਨਾਂ ਨੂੰ ਮੈਂ ਸਕੂਲ ਦੇ ਨੇੜੇ ਜਾਉਣਾ ਉਹਨੇ ਖਤਮ ਹੋ ਜਾਣਾ ਇਹਨੇ ਸ਼ੁਰੂ ਕਰਨਾ ਹੁੰਦਾ ਸੀ ਮੇਰਾ 2-3 ਦਿਨ ਆਹੀ ਹੋਈ ਗਿਆ ਇਹ ਕਿ ਸੁਣੀ ਗਿਆ ਖੌਰੇ ਰੱਬ ਨੇ ਬਣਾਈ ਤੂੰ ਕਿੰਨੀ ਵਾਰ ਟਾਕੇ ਕਿੰਨੀ ਵਾਰ ਟਾਕੇ ਤੈਨੂੰ ਜੋਬਨ ਚੜਿਆ ਏ ਨੀ ਕਿੱਕਲੀ ਪਾ ਕੇ ਨੀ ਕਿੱਕਲੀ ਪਾ ਕੇ ਨਾਲੇ ਹੋਰ ਪੁੱਤ ਅਗਲਾ ਕਹਿੰਦਾ ਵੀ ਇਹਨਾਂ ਨੂੰ ਕਹਿ ਕੇ ਪੰਗਾ ਪੈਣ ਵਾਲੀ ਉਹ ਗੱਲ ਹੈ ਨਾ ਕਹਿੰਦੇ ਨੇ ਸਾਡੇ ਪਰ ਕੇਸ ਕਰ ਦਿੰਦੇ ਚੋਰ ਸਾਲੇ ਸਾਨੂੰ ਬਣਾ ਦਿੰਦੇ ਸਾਨੂੰ ਪ੍ਰੂਫ ਦੇਣਾ ਪੈਂਦਾ ਵੀ ਸਾਡੇ ਗਾਣਾ ਫਿਰ ਕਈ ਗਿਲਾ ਜਦ ਮੇਰੀ ਅੱਖ ਖੁੱਲ ਜਾਂਦੀ ਹੈ ਫਿਰ ਮੈਂ ਉਹਨਾਂ ਦੇ ਵਿੱਚ ਚੱਲੇ ਜਾਂਦਾ ਵੀ ਯਾਰ ਇਹ ਕੁਛ ਪਾਉਣਾ ਜਿਹੜਾ ਦੂਜਾ ਉਹ ਗਲਤ ਵੀ ਹੋ ਮੈਂ ਕਿਹਾ ਕੱਢ ਦਿਓ ਕੋਈ ਕਹਿੰਦਾ ਖੋਲੋ ਪਟਾਰੀ ਐਂ ਹੱਸੀ ਹੁਸੀ ਗਏ ਚੱਲ ਇਹਨਾਂ ਨੇ ਗਾਣੇ ਗੁਣੇ ਦੇ ਕੇ ਜਦ ਕੋਈ ਗਾਣਾ ਨਾ ਆਇਆ ਮੇਰੇ ਤਾਂ ਜੀ ਹੁਣ ਕਿਸ ਕਹਿਣ ਨੂੰ ਜੇ ਹੁਣ ਆਪਾਂ ਔਨ ਏਅਰ ਬੋਲਾਂਗੇ ਤਾਂ ਚੁਗਲੀ ਹੋਣੀ ਹੈ ਨਾ ਹੁਣ ਅਸੀਂ ਕਹਿੰਦੇ ਚੰਗੇ ਨਹੀਂ ਲੱਗਦੇ ਨਾ ਮਾਤਾ ਕਹਿੰਦੇ ਚੰਗੇ ਲੱਗਦੇ ਹਨ ਜਿਹੜੇ ਇੱਥੇ ਆਉਂਦੇ ਸੀਗੇ ਉਹ ਉੱਦਾਂ ਉੱਦਾਂ ਦੇਖ ਕੇ ਵੀ ਦੁੱਖ ਹੁੰਦਾ ਇਹਨਾਂ ਆਪਾਂ ਨੇ ਕਿਹੜੀ ਕੁਛ ਲੈਣਾ ਹੁੰਦਾ ਉਹ ਦੇਣਾ ਹੀ ਹੁੰਦਾ ਹੈ ਨਾ ਉਹ ਵੀ ਸਿੰਗਰ ਹੈ ਉਹ ਵੀ ਰਾਈਟਰ ਹੈ ਅਸੀਂ ਮਨ ਦੀ ਖੱਡੀ ਦੇ ਉੱਤੇ ਸੁਪਨੇ ਰੰਗੀਲੜੇ ਸੁਣਿਆ ਅੱਜ ਕੱਲ੍ਹ ਬੁਣਦੀ ਜਿੰਦ ਸਵਾੜਾ ਗੀਤਾਂ ਦਾ ਹੈ ਬਨਜਾਰਾ ਜੀ ਦਾ ਹਰ ਗੀਤ ਨੀਜ ਨਾਲ ਸੁਣਦੀ ਸੁਣਿਆ ਹੈ ਖਾਨ ਵਿੱਚ ਪਾ ਲਿਆ ਵਿਚੋਲਾ ਜਿਹੜਾ ਦਿੰਦਾ ਹੈ ਖਬਰ ਪਲ ਪਲਦੀ ਬੱਕੀ ਨੂੰ ਪਲ ਪਾ ਕੇ ਤੁਰਨਾ ਜੁੱਤੀ ਖਲਦੀ ਮਰੋੜਾ ਨਹੀਂ ਚੱਲਦੀ ਬੱਕੀ ਨੂੰ ਪਲ ਪਾ ਕੇ ਤੁਰਨਾ ਜਦੋਂ ਤੱਕ ਸੁਰਜੀਤ ਖਾਨ ਦੀ ਆਵਾਜ਼ ਰਹੂਗੀ ਉਦੋਂ ਤੱਕ ਜਿੰਦ ਸਵਾੜਾ ਸਾਡੇ ਵਿੱਚ ਹੀ ਰਹਿਣਗੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੱਤੀ ਤੁਸੀਂ ਵੇਖ ਰਹੇ ਹੋ ਚੈਨਲ 7 ਰੰਗ ਦੇ ਪ੍ਰੋਗਰਾਮ 7 ਰੰਗ ਸੈਲੀਬ੍ਰਿਟੀ ਅਤੇ ਪਾਰਟ 1 ਨੂੰ ਬਹੁਤ ਜ਼ਿਆਦਾ ਪਿਆਰ ਦੇਣ ਦੇ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਪਾਰਟ 2 ਸ਼ੁਰੂ ਕਰਦੇ ਹਾਂ ਪਿੰਡ ਸਵਾੜਾ ਦੇ ਵਿੱਚ ਬੈਠੇ ਹਾਂ ਜੋ ਕਿ ਜ਼ਿਲ੍ਹਾ SES ਨਗਰ ਦੇ ਵਿੱਚ ਪੈਂਦਾ ਸੋ ਜਿੰਦ ਸਵਾੜਾ ਜੀ ਗੀਤਕਾਰ ਪ੍ਰਸਿੱਧ ਗੀਤਕਾਰ ਸਾਡੇ ਨਾਲ ਮੌਜੂਦ ਨੇ ਸੋ ਇੱਕ ਵਾਰ ਫਿਰ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਪਿਆਰ ਸਤਿਕਾਰ ਕੀ ਹਾਲ ਚਾਲ ਹੈ ਜੀ ਠੀਕ ਠਾਕ ਵਧੀਆ ਜੀ ਜੀ ਅਤੇ ਪਾਰਟ 1 ਦੇ ਵਿੱਚ ਗੱਲਾਂ ਚੱਲਦੀਆਂ ਸੀ ਕਿ ਤੁਹਾਨੂੰ ਅੱਜ ਇੱਕ ਸਰਪ੍ਰਾਈਜ਼ ਜਿਹੜਾ ਹੈਗਾ ਪਾਰਟ 2 ਦੇ ਵਿੱਚ ਦੇਣਾ ਸੋ ਉਸ ਸ਼ਖਸੀਅਤ ਨੂੰ ਮੈਂ ਬੁਲਾਉਣ ਜਾ ਰਿਹਾ ਜਿੰਦ ਸਵਾੜਾ ਜੀ ਦੇ ਜਿਨ੍ਹਾਂ ਨੇ ਬਹੁਤ ਸਾਰੇ ਗੀਤ ਗਾਏ ਅਤੇ ਸਾਰੇ ਦੇ ਸਾਰੇ ਹੀ ਸੁਪਰ ਡੁਪਰ ਹਿੱਟ ਨੇ ਸੋ ਸੁਰਜੀਤ ਖਾਨ ਭਾਅ ਜੀ ਮੈਂ ਕਹਿੰਦਾ ਕਿ ਅੱਜ ਸਾਡੇ ਨਾਲ ਇੱਥੇ ਆਏ ਹੋਏ ਨੇ ਅਤੇ ਇੰਟਰਵਿਊ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਨੇ ਸਾਥ ਸਾਡਾ ਦੇਣਗੇ ਗੱਲਾਂ ਬਾਤਾਂ ਕਰਨਗੇ ਬਹੁਤ ਸਾਰੀਆਂ ਗੱਲਾਂ ਜੀ ਸੋ ਭਾਅ ਜੀ ਪਲੀਜ਼ ਆਓ ਜੀ ਆਓ ਇੰਟਰਵਿਊ ਅੱਜ ਮਾਸਟਰ ਜਿੰਦ ਸਵਾੜਾ ਜੀ ਦੀ ਇੰਟਰਵਿਊ ਹੋ ਰਹੀ ਹੈ ਕਿ ਮੇਰੇ ਲਈ ਮਾਸਟਰ ਜਿੰਦ ਸਵਾੜਾ ਜੀ ਇੰਨੇ ਕੁ ਲੱਕੀ ਨੇ ਮਤਲਬ ਮੈਂ ਜਿਹੜਾ ਮਰਜ਼ੀ ਗਾਣਾ ਗਾਇਆ ਹੁਣ ਤੱਕ ਸਾਰੇ ਸੁਪਰ ਹਿੱਟ ਹੋਏ ਨੇ ਗਾਣੇ ਔਰ ਇਹਨਾਂ ਦੇ ਗਾਣਿਆਂ ਤੋਂ ਬਿਨਾਂ ਕੋਈ ਪ੍ਰੋਗਰਾਮ ਸੰਪੂਰਨ ਨਹੀਂ ਹੁੰਦਾ ਮੈਂ ਤਾਂ ਮਾਸਟਰ ਜੀ ਨਾਲ ਕੱਲ੍ਹ ਹੀ ਗੱਲ ਕਰਦਾ ਸੀਗਾ ਕਿ ਮੈਂ ਕਿਹਾ ਵੀ ਜੁੱਤੀ ਮਾਸਟਰ ਜੀ ਇੰਨੀ ਵਧੀਆ ਨਿਕਲੀ ਹੈ ਸਾਡੀ ਜੀ ਵੀ ਮੈਂ ਕਿਹਾ ਟੁੱਟੀ ਹੋਈ ਨਹੀਂ ਅਜੇ ਤੱਕ ਚੱਲੀ ਜਾਂਦੀ ਆ ਵੱਡੇ ਵੱਡੇ ਬ੍ਰਾਂਡ ਫੇਲ ਕਰ ਗਈ ਬ੍ਰਾਂਡ ਫੇਲ ਕਰਦੇ ਉਹਨਾਂ ਸਹੀ ਗੱਲ ਹੈ ਕਿੱਕਲੀ ਪਾ ਕੇ ਮੀਲ ਪੱਥਰ ਗਾਣੇ ਨੇ ਜੀ ਕਿੱਕਲੀ ਪਾ ਕੇ ਹੁਸਨ ਰਾਤਾਂ ਕਾਲੀਆਂ ਜੱਟਾਂ ਦੇ ਬੁੱਤ ਮਾੜੇ ਨਹੀਂ ਹੁੰਦੇ ਜੱਟ ਦੀ ਹੀਰੇ ਤੂੰ ਨੱਚੀ ਬੋਲੀਆਂ ਜ਼ਰੂਰ ਪਾਵਾਂਗੇ ਬਹੁਤ ਸਾਰੇ ਗਾਣੇ ਨੇ ਔਰ ਜਿਹੜੇ ਆ ਰਹੇ ਨੇ ਗਾਣੇ ਉਹ ਵੀ ਬਹੁਤ ਵਾਹ ਕਮਾਲ ਨੇ ਬਹੁਤ ਕਮਾਲ ਨੇ ਬਿਲਕੁਲ ਭਾਅ ਜੀ ਸਾਨੂੰ ਬੇਸਬਰੀ ਨਾਲ ਉਹਨਾਂ ਗੀਤਾਂ ਦਾ ਇੰਤਜ਼ਾਰ ਹੈ ਜਿੰਨੇ ਵੀ ਹੁਣ ਤੱਕ ਤੁਸੀਂ ਇਹਨਾਂ ਦੇ ਲਿਖੇ ਹੋਏ ਗਾਏ ਜਾਂ ਬਾਕੀ ਵੀ ਗੀਤ ਜਿੰਨੇ ਵੀ ਹੁਣ ਤੱਕ ਹੈ ਨਾ ਆਏ ਸਾਰਿਆਂ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ ਨਾ ਖਾਸ ਕਰ ਜਿਹੜੇ ਜਿੰਦਸਵਾੜਾ ਜੀ ਦੇ ਲਿਖੇ ਹੋਏ ਗੀਤ ਉਹ ਸਾਰਿਆਂ ਦੇ ਦਿਲਾਂ ਦੇ ਬਹੁਤ ਜ਼ਿਆਦਾ ਨੇੜੇ ਨੇ ਜੀ ਸੋ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਇਹ ਸਬੱਬ ਬਣਾਇਆ ਕਿਉਂਕਿ ਬਹੁਤ ਚਿਰਾਂ ਤੋਂ ਸਾਡੀ ਰੀਹ ਸੀਗੀ ਕਿ ਚੈਨਲ ਦੇ ਉੱਤੇ ਇੱਕ ਵਾਰ ਜ਼ਰੂਰ ਜਿੰਦਸਵਾੜਾ ਜੀ ਦੇ ਨਾਲ ਗੱਲਬਾਤ ਕਰਨੀ ਹੈ ਅਤੇ ਬਹੁਤ ਸਾਰੀ ਜਿਹੜੀ ਇਹਨਾਂ ਦੇ ਦਿਲ ਦੀਆਂ ਗੱਲਾਂ ਨੇ
ਉਹ ਵੀ ਲੋਕਾਂ ਤੱਕ ਪਹੁੰਚਾਉਣੀਆਂ ਨੇ, ਆਪਣੀਆਂ ਦਿਲ ਦੀਆਂ ਗੱਲਾਂ ਉਹ ਵੀ ਇਹਨਾਂ ਨਾਲ ਕਰਨੀਆਂ ਨੇ। ਸੋ ਤੁਹਾਡੇ ਕਰਕੇ ਸਾਰਾ ਸਬੱਬ ਬਣਿਆ, ਤੁਸੀਂ ਸਾਡੇ ਸਟੂਡੀਓ ਪਹਿਲਾਂ ਆਏ ਅਤੇ ਗੱਲਾਂ ਬਾਤਾਂ ਉਦੋਂ ਕੀਤੀਆਂ ਅਤੇ ਅੱਜ ਇੱਥੇ। ਸੱਤੀ ਬਹੁਤ ਚੰਗਾ ਲੱਗ ਰਿਹਾ, ਕਿਉਂਕਿ ਮਾਸਟਰ ਜੀ ਤਾਂ ਮੇਰੇ ਲਈ ਕੀ ਨੇ ਮੈਂ ਹੀ ਜਾਣ ਸਕਦਾ, ਕਹਿੰਦੇ ਵੀ ਦਿਲ ਪਾੜ ਕੇ ਦਿਖਾਈ ਦਾ ਖੂਨ ਨਿਕਲੂਗਾ ਵਿੱਚੋਂ, ਉਹ ਤਾਂ ਮੈਂ ਅਹਿਸਾਸ ਕਰ ਸਕਦਾ। ਸੋ ਮੈਂ ਤੇ ਇੱਥੇ ਸੱਤੀ ਜੀ ਮੈਂ ਵੀ ਇਹਨਾਂ ਪਰ ਇੱਕ ਕਹਿਣਾ ਚਾਹੁੰਦਾ ਵੀ ਇਹ ਨਾ ਜਿਵੇਂ ਕਹਿੰਦੇ ਹੁੰਦੇ ਗਾਨੀ ਦਾ ਗਵਲ ਗਵਲਾ ਮਣਕਾ ਹੈ, ਸੁਰਜੀਤ ਖਾਨ ਮੇਰੀ ਗਾਨੀ ਦਾ ਗਵਲਾ ਮਣਕਾ ਹੈ, ਵਿਚਕਾਰਲਾ ਮਣਕਾ ਸੁਰਜੀਤ ਖਾਨ। ਸੱਤੀ ਗੱਲ ਇਹ ਹੈ ਕਿ ਮਾਸਟਰ ਅਤੇ ਮਾਤਾ ਸਾਡੇ ਉੱਧਰ ਬੈਠੇ, ਉਹਨਾਂ ਨੂੰ ਵੀ ਇੱਕ ਵਾਰੀ ਬੁਲਾਉਣਾ ਜ਼ਰੂਰ, ਬੁਲਾਉਣਾ ਬਿਲਕੁਲ ਬਿਲਕੁਲ ਜੀ। ਅਤੇ ਲੱਕੀ ਭਰਾ ਮੇਰਾ ਹੈ ਨਾ, ਅਤੇ ਮਿੱਠਾ ਟੋਰਾਂਟੋ ਵਾਲੇ ਆਇਆ ਨਹੀਂ। ਸੋ ਮੈਨੂੰ ਕਦੇ ਲੱਗਿਆ ਨਹੀਂ ਇੱਦਾਂ ਕਿ ਇਹ ਮੇਰਾ ਘਰ ਨਹੀਂ ਹੈਗਾ, ਕਿ ਮੈਂ ਤਿੰਨ ਮਹੀਨੇ ਹੋ ਗਏ ਮਾਸੀ ਆਇਆ ਨੂੰ ਆਪਾਂ ਨੂੰ। ਮੈਂ ਕਹਿੰਦਾ ਇੱਕ ਦਿਨ ਵੀ ਅਸੀਂ ਇਕੱਲੇ ਇੱਧਰ ਉੱਧਰ ਹੋਏ, ਮੈਂ ਜੇ ਕਿਤੇ ਪ੍ਰੋਗਰਾਮ ਨੇੜੇ ਤੇੜੇ ਹੁੰਦਾ ਫਿਰ ਤਾਂ ਮੈਂ ਉਦਣ ਵੀ ਆ ਕੇ ਜਾਂਦਾ, ਹਾਂ ਦੂਰ ਪ੍ਰੋਗਰਾਮ ਹੋਵੇ ਤਾਂ ਨਹੀਂ। ਮੈਂ ਤਿੰਨ ਮਹੀਨਿਆਂ ਦੇ ਵਿੱਚ ਮੈਂ ਕਦੇ ਮਿਸ ਨਹੀਂ ਕੀਤਾ, ਕਿਉਂਕਿ ਮੈਨੂੰ ਵੀ ਦਿਲ ਮੇਰਾ ਵੀ ਦਿਲ ਨਹੀਂ ਲੱਗਦਾ। ਸੋ ਮਾਤਾ ਨੇ ਫੋਨ ਕਰ ਦੇਣਾ ਮੈਨੂੰ ਬਹੁਤ ਚੰਗਾ ਲੱਗਦਾ, ਪੁੱਤ ਅੱਜ ਕਿੱਥੇ ਆਇਆ ਨਹੀਂ ਹੈ ਨਾ। ਸੋ ਇਹ ਕਰਮ ਵਾਲੇ ਬੰਦਿਆਂ ਦੇ ਹਿੱਸੇ ਆਉਂਦਾ। ਇਹ ਉਦੋਂ ਹੀ ਹੁੰਦਾ ਜਦੋਂ ਤੁਹਾਡਾ ਪਿਆਰ ਇੰਨਾ ਕੁ ਜ਼ਿਆਦਾ ਹੋਵੇ ਕਿ ਤੁਸੀਂ ਇੱਕ ਦੂਜੇ ਤੋਂ ਬਗੈਰ ਰਹਿ ਨਾ ਸਕਦੇ ਹੋ। ਇਹ ਚੀਜ਼ ਮੈਂ ਖੁਦ ਦੇਖੀ ਹੈ, ਸਾਵਾਂ ਦੀ ਸਾਂਝ ਜਿਹਨੂੰ ਕਹਿੰਦੇ, ਸਾਵਾਂ ਦੀ ਸਾਂਝ ਬਿਲਕੁਲ ਜੀ। ਇਹ ਚੀਜ਼ ਮੈਂ ਖੁਦ ਦੇਖੀ ਕਿ ਜਿਸ ਦਿਨ ਇੰਟਰਵਿਊ ਕੀਤੀ ਭਾਅ ਜੀ ਦੀ ਹੈ ਨਾ, ਭਾਅ ਜੀ ਦੇ ਲਗਾਤਾਰ ਸ਼ੋਅ ਚੱਲ ਰਹੇ ਸੀਗੇ, ਪਹਿਲਾਂ ਤਾਂ ਟਾਈਮ ਉਸ ਦਿਨ ਬਹੁਤ ਔਖਾ ਦਿੱਤਾ ਭਾਅ ਜੀ ਨੇ ਹੈ ਨਾ। ਉਸ ਤੋਂ ਬਾਅਦ ਜਦੋਂ ਫਿਰ ਆਏ ਤਾਂ ਕਹਿੰਦੇ ਮੈਂ ਅੱਜ ਮਸਾਂ ਫਰੀ ਹਾਂ ਸੱਤੀ, ਅਤੇ ਅੱਜ ਆਪਾਂ ਇੰਟਰਵਿਊ ਵੀ ਕਰਨੀ ਹੈ। ਫਿਰ ਜਦੋਂ ਇੰਟਰਵਿਊ ਕਰਨ ਤੋਂ ਬਾਅਦ ਕਹਿੰਦੇ ਮੈਂ ਮਾਸਟਰ ਜੀ ਕੋਲ ਚੱਲਿਆ, ਅਤੇ ਉਸ ਦਿਨ ਭਾਅ ਜੀ ਨੇ ਹੈ ਨਾ ਕਿਹਾ ਕਿ ਆਪਾਂ ਇੱਕ ਦਿਨ ਜਿੰਦਸਵਾੜਾ ਜੀ ਦੀ ਵੀ ਹੈ ਨਾ ਆਪਾਂ ਇੰਟਰਵਿਊ ਕਰੀਏ ਸੱਤੀ, ਜ਼ਰੂਰ ਗੱਲਬਾਤ ਕਰੀਏ। ਮੈਂ ਕਿਹਾ ਠੀਕ ਹੈ ਜੀ ਮਾਸਟਰ ਜੀ ਨਾਲ ਆਪਾਂ। ਮੈਂ ਕਿਹਾ ਮਾਸਟਰ ਜੀ ਨੇ ਬਹੁਤ ਵੱਡਾ ਦੇਖੋ, ਜਿੱਦਾਂ ਜੱਸੀ ਭਾਅ ਜੀ ਨੇ ਕੈਮਰੇ ਦੇ ਪਿੱਛੇ ਨੇ, ਸਾਡੇ ਡੈਡ ਤੁਹਾਡੇ ਸਾਡੇ ਪੁਰਾਣੇ ਬਹੁਤ ਵੱਡੇ ਭਾਅ ਜੀ ਨੇ। ਸੋ ਝਾਂਜਰਾਂ ਪੈਰਾਂ ਦੇ ਵਿੱਚ ਪਾ ਮੇਲਾ ਮੇਲੀਆਂ ਦਾ ਭਾਅ ਜੀ ਨੇ ਸ਼ੂਟ ਕੀਤਾ ਮੇਰਾ ਗਾਣਾ ਲੌਂਗ ਬਿਸ਼ਨੀ ਹੈ ਤੇਰਾ ਹੈ ਨਾ। ਮਾਸੀ ਦਾ ਕੋਠੇ ਦੇ ਸਪੀਕਰ ਲਾਈ ਰੱਖਣਾ, ਉਹਨਾਂ ਦਾ ਵੀਡੀਓ ਵੀ ਇਹਨਾਂ ਨੇ ਕੀਤਾ, ਯਾਰ ਬੋਲਦਾ ਬਹੁਤ ਸਾਰੇ ਗਾਣੇ ਕੀਤੇ ਨੇ ਹੈ ਨਾ। ਸੋ ਬਹੁਤ ਪੁਰਾਣੀ ਸਾਂਝਾ ਬੋਲੀਆਂ ਤਾਰੀ ਬਾਈ ਉਹਨਾਂ ਨਾਲ ਵੀ ਕੀਤੀਆਂ ਨਾ। ਚਲੋ ਤਾਰੀ ਬਾਈ ਉਹਨਾਂ ਦਾ ਦੁੱਖ ਹੁੰਦਾ ਕਈ ਵਾਰੀ, ਚਲੋ ਜੇ ਇਹ ਦੁਨੀਆਦਾਰੀ ਇੱਦਾਂ ਹੀ ਚੱਲਦੀ ਰਹਿਣੀ ਆ ਦੁਨੀਆਦਾਰੀ ਹੈ ਨਾ। ਸੋ ਪਰ ਗੱਲ ਇਹੀ ਹੈ ਕਿ ਵੀ ਮਾਸਟਰ ਜੀ ਉਹਨਾਂ ਨਾਲ ਤਾਂ ਮਤਲਬ ਮੈਂ ਜਦੋਂ ਤੱਕ ਹੁਣ ਮੈਂ ਇੱਦਾਂ ਦਾ ਟਾਈਮ ਆਪਣਾ ਕੀਤਾ ਹੋਇਆ ਕਿ ਮੈਂ 5 ਵਜੇ ਤੋਂ ਬਾਅਦ ਹੀ ਜੇ ਕਿਸੇ ਨੂੰ ਮਿਲਣਾ ਉਸ ਤੋਂ ਬਾਅਦ ਮਿਲਣਾ, ਪਹਿਲਾਂ ਨਹੀਂ ਮੈਂ ਮਿਲਦਾ ਕਿਸੇ ਨੂੰ, ਪਹਿਲਾਂ ਮੈਂ ਇੱਥੇ ਹੀ ਆਉਂਦਾ ਮਾਸੀ ਕੋਲ ਆਉਂਦਾ। ਕਈ ਵਾਰ ਕਿ ਦੋਸਤ ਮਿੱਤਰ ਆਉਂਦੇ ਆ, ਮੈਂ ਕਿਹਾ ਇੱਥੇ ਆ ਜਾਓ ਯਾਰ, ਜੇ ਕੋਈ ਜ਼ਿਆਦਾ ਹੀ ਕਾਹਲਾ ਹੁੰਦਾ ਫਿਰ ਮੈਂ ਇੱਥੇ ਬੁਲਾ ਲਈਦਾ। ਸੋ ਇਹ ਘਰ ਦੇ ਵਿੱਚ ਰੌਣਕ ਕਿੱਦਾਂ ਦੀ ਹੈ, ਇੱਕ ਮਾਹੌਲ ਐਸਾ ਇਸ ਘਰ ਦਾ ਨਾ, ਤੁਸੀਂ ਆਮ ਵੀ ਕਲਾਕਾਰ ਜਿਹੜੇ ਇੱਥੇ ਆਏ ਹੋਣਗੇ ਤਾਂ ਉਹਨੂੰ ਆਪੇ ਹੀ ਦੱਸਣਗੇ, ਕਿ ਮਾਸਟਰ ਜੀ ਵਰਗੀ ਦਾ ਨੇਚਰ ਮੈਨੂੰ ਪੋਜ਼ਿਟਿਵਿਟੀ ਜਿੰਨੀ ਇਸ ਘਰ ਦੇ ਵਿੱਚ ਹੈਗੀ ਹੈ, ਮੈਂ ਖੁਦ ਆ ਕੇ ਜਦੋਂ ਅਸੀਂ ਆ ਕੇ ਬੈਠੇ ਅਤੇ ਉਹ ਚੀਜ਼ਾਂ ਦੇਖੀਆਂ ਨਾ, ਖੁਦ ਫੀਲ ਕੀਤੀ ਕਿ ਪੋਜ਼ਿਟਿਵਿਟੀ ਜਿਹੜੀ ਹੈਗੀ ਹੈ ਇੱਥੇ ਉਹ ਬਿਲਕੁਲ ਸਕੂਨ ਵੀ ਦਿੰਦੀ ਹੈ ਅਤੇ ਬਹੁਤ ਵਧੀਆ ਲੱਗਦਾ ਹੈ ਨਾ। ਬਿਲਕੁਲ ਬਿਲਕੁਲ ਜੀ। ਅਤੇ ਭਾਅ ਜੀ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪਾਰਟ 1 ਦੇ ਵਿੱਚ, ਤੁਸੀਂ ਖੈਰ ਵਿੱਚ ਵਿੱਚ ਨੂੰ ਆ ਕੇ ਥੋੜ੍ਹੀ ਥੋੜ੍ਹੀ ਜਿਹੀ ਗੱਲ ਸੁਣਦੇ ਵੀ ਸੀਗੇ ਅਤੇ ਵਿੱਚ ਨੂੰ ਆ ਕੇ ਉਹ ਜਿਹੜੀ ਗੀਤ ਦੀ ਲਾਈਨ ਵੀ ਪੂਰੀ ਕਰਕੇ ਗਏ। ਮਾਸੀ ਭੁੱਲ ਗਏ ਸੀ ਗਾਣਾ, ਕਹਿੰਦਾ ਵੀ ਜਿੰਦ ਤੈਨੂੰ ਵੇਖ ਵੇਖ ਹੋਵੇ ਕੁਰਬਾਨੀ, ਹੋਣਾ ਸੀਗਾ ਬੁੱਢਾ ਹੋਈ ਜਾਂਦਾ ਹੈ ਜਵਾਨੀ, ਤੇਰੇ ਕਰਕੇ ਸਵਾੜਾ ਸਰਕਾਰੇ ਨੀ, ਮਾਲਵੇ ਦੀ ਢੱਡ ਵੱਜਦੀ ਸੁਣ ਜਾ ਪਤਲੀਏ ਨਾਰੇ, ਬੇਸਿਕਲੀ ਇਹ ਬੋਲ ਸੀ। ਮੈਂ ਤਾਂ ਕਰਕੇ ਥੋੜ੍ਹਾ ਜਿਹਾ ਫਿਰ ਮੈਨੂੰ ਰਹਿ ਨਹੀਂ ਗਿਆ ਵੀ ਮਾਸਟਰ ਜੀ ਜਦੋਂ ਵਿੱਚ ਨੂੰ ਅਟਕ ਰਹੇ ਸੀ ਨਾ, ਮੇਰੇ ਪਰਪੀਤ ਸੀ ਲੈਣਾ ਯਾਦ ਸੀ ਭਾਅ ਜੀ, ਫਟਾਫਟ ਦੂਜੇ ਰੂਮ ਚੋਂ ਨਿਕਲ ਕੇ ਆਏ ਤੇ ਉਹਨਾਂ ਨੇ ਫਟਾਫਟ ਪਿੱਛੇ ਇੱਕ ਲਾਈਨ ਬੋਲੀ। ਮਾਸਟਰ ਜੀ ਉਹਨਾਂ ਨਾਲ ਬਹੁਤ ਪਿਆਰ ਹੈ, ਥੋੜ੍ਹਾ ਜਿਹਾ ਮਾਸਟਰ ਜੀ ਹੁਣ ਤੰਦਰੁਸਤ ਹੈ ਚਲੀ ਜਾਂਦਾ, ਫਿਰ ਵੀ ਇੰਟਰਵਿਊ ਕਰ ਰਹੇ ਨੇ, ਔਰ ਅਸੀਂ ਤਾਂ ਬਸ ਇਹੀ ਅਰਦਾਸ ਕਰਦੇ ਹਾਂ 24 ਆਵਰ ਅਰਦਾਸ ਆ ਕਿ ਮਾਸਟਰ ਜੀ ਸਾਡੇ ਤੰਦਰੁਸਤ ਹੋ ਜਾਣ। ਮੇਰਾ ਤਾਂ ਇਹ ਆ ਵੀ ਅਸੀਂ ਕੈਨੇਡਾ ਡੇ 'ਤੇ ਮਾਸਟਰ ਟੋਰਾਂਟੋ ਸੀਗੇ ਅਤੇ ਮੈਂ ਵੈਨਕੂਵਰ ਸੀਗਾ, ਅਤੇ ਜਦੋਂ ਆਏ ਮੰਨ ਤਾਂ ਮੇਰੇ ਤਾਂ ਇੰਨੀ ਰੀਝ ਆ ਕਿ ਮਾਸਟਰ ਜੀ ਨੂੰ ਮੂਹਰੇ ਬਿਠਾ ਕੇ ਇੱਕ ਵਾਰ ਪ੍ਰੋਗਰਾਮ ਦੇ, ਮੈਂ ਕਿਹਾ ਮਾਸਟਰ ਜੀ ਭੰਗੜਾ ਪਾਉਣਾ ਤੁਹਾਡਾ ਹੈ ਨਾ। ਸੋ ਦਿਲ ਦੀਆਂ ਮਾਲਕ ਕਿਤੇ ਕਹਿੰਦੇ 24 ਆਵਰ ਬੋਲਣਾ ਚਾਹੀਦਾ ਪੋਜ਼ਿਟਿਵ। ਸੋ ਦਿਲ ਤਾਂ ਮੇਰਾ ਵੀ ਕਰਦਾ ਪੁੱਤ, ਮੈਂ ਬੇਵਸ ਹੈ ਜੀ। ਪ੍ਰੋਮਿਸ ਕੀਤਾ ਸਾਡੇ ਨਾਲ, ਮਾਤਾ ਵੀ ਬੈਠੇ ਨੇ ਉੱਧਰ, ਤੇ ਮੈਂ ਕਿਹਾ ਵੀ ਹੁਣ ਤੁਸੀਂ ਟੋਰਾਂਟੋ ਨਹੀਂ ਜਾਣਾ, ਪਹਿਲਾਂ ਅਸੀਂ ਜਾਣਾ ਵੈਨਕੂਵਰ, ਫਿਰ ਵੈਨਕੂਵਰ ਤੋਂ ਬਾਅਦ ਫਿਰ ਮਾਸੀ ਨੂੰ ਫਿਰ ਉੱਥੇ ਭੇਜਣਾ, ਫਿਰ ਕੋਈ ਗੱਲ ਹੀ ਨਹੀਂ। ਮੈਂ ਕਿਹਾ ਪਹਿਲਾਂ ਧੀ ਰਾਣੀ ਕੋਲ ਜਾਊਂਗੇ। ਇੱਥੇ ਭਾਅ ਜੀ ਆਪਾਂ, ਮੈਂ ਜਿਵੇਂ ਹੁਣ ਮਾਸਟਰ ਜੀ ਨੇ ਹੈ ਨਾ ਪਹਿਲੇ ਪਾਰਟ ਦੇ ਵਿੱਚ ਤੁਹਾਡੇ ਬਾਰੇ ਬਹੁਤ ਸਾਰੀਆਂ ਗੱਲਾਂ ਹੋਈਆਂ ਅਤੇ ਬਹੁਤ ਸਾਰੀਆਂ ਜਿਹੜੀਆਂ ਮੈਂ ਰੱਖ ਲਈਆਂ ਸੀ, ਮੈਂ ਕਿਹਾ ਜਦੋਂ ਨਾਲ ਭਾਅ ਜੀ ਨੂੰ ਬਿਠਾਉਣਾ ਨਾ ਉਦੋਂ ਹੀ ਕਰਨੀਆਂ ਹੁਣ ਉਹ ਹੈ ਨਾ। ਇਹਨਾਂ ਨੇ ਦੱਸਿਆ ਕਿ ਕਿਵੇਂ ਹੈ ਨਾ ਤੁਹਾਡੀ ਮੁਲਾਕਾਤ ਹੋਈ। ਸੋ ਤੁਸੀਂ ਹੁਣ ਤੁਸੀਂ ਵੀ ਦੱਸੋ ਕਿ ਜਿੰਦਸਵਾੜਾ ਜੀ ਬਾਰੇ ਕਿੱਦਾਂ ਤੁਹਾਨੂੰ ਪਤਾ ਲੱਗਿਆ ਅਤੇ ਕਿੱਦਾਂ ਫਿਰ ਮੇਲ ਹੋਇਆ ਤੁਹਾਡੇ ਵੱਲੋਂ ਹੈ ਨਾ, ਕਿ ਕਿਵੇਂ ਸਿਚੁਏਸ਼ਨ ਉਹ ਬਣੀ ਹੈ ਨਾ।
हाँ मेरा भीर आ मिठा मास्टर जी का बड़ा बेटा टोरंटो हले आए नहीं उन्हें दो तरीक नूं आना है ना पहली दो नूं मास्टर जी मिठा तो मैं मैनू ज़्यादा पता भी नहीं इधर आने का मैं बहुत छोटी एज के ही आ गया फील्ड के फिर जो मास्टर जी उन्होंने संपर्क होया तो फिर वो गाना पहला गाना होया हड़ा होर ना किसी का पुत मारी नहीं इस गोली असा मरना उस तो बाद फिर चल सो चल फिर तो जो किकली पाके ने बहुत वड्डी पछाण दित्ती मैनू पूरी पासे मेरा मतलब गाना फैल गया है ना किकली पाके सो उस तो बाद फिर तो हुसन आ गया जुत्ती चूं चूं करती है फिर जट्टां दे पुत्ते फिर तो मिल पत्थर साबत होंदे गए गाने सो हुण जिहड़े होर आ रहे ने गाने मैनू लगता कि उन्होंने वड्डे गाने उस तो भी वड्डे वड्डे ने हाँ इदां लगता कि उम्मीद करदे आं भाजी ते पक्का होर उम्मीद भी नहीं है तो पक्का ही है कि क्योंकि जदों सुरजीत खान नाम ही आ जाता ना तो उदों ही जिहड़े चाहण वाले हैगे ना उन्होंने वेट होंदी है कि हाँ हुण गाना आण वाला है ਘੈਂਟ ਹੀ ਸਾਰਾ ਕੁਝ ਹਾਂ ਨਹੀਂ ਸੱਤੀ ਇਮਾਨਦਾਰੀ ਅਸੀਂ ਆਪਣੇ ਕੰਮ ਨਾਲ ਪੂਰੀ ਕਰਦੇ ਗਾਉਣਾ ਤਾਂ ਸਰਜੀਤ ਖਾਨ ਨੇ ਹੈ ਪਰ ਜਿਹੜੀਆਂ ਬੜਕਾਂ ਬੋੜਾਂ ਜੋ ਵੀ ਆ ਸਾਡੇ ਸਰੋਤਿਆਂ ਨੇ ਮਾਰਨੀਆਂ ਉਹ ਤਾਂ ਉਹੀ ਫਿਰ ਪਤਾ ਲੱਗੂਗਾ ਵੀ ਮੇਰੇ ਗਾਣੇ 'ਚ ਮੈਨੂੰ ਤਾਕਤ ਉਦੋਂ ਪਤਾ ਲੱਗਦੀ ਜਦੋਂ ਮੈਂ ਮਾਸਟਰੀ ਦਾ ਕੋਈ ਗਾਣਾ ਹੁਣ ਤੱਕ ਹੁਣ ਔਨ ਕੈਮਰਾ ਕਹਿਣ ਲੱਗਾ ਜੀ ਇੱਥੇ ਸੋਫੇ 'ਤੇ ਬੈਠੇ ਹੁੰਦੇ ਮਾਸਟਰੀ ਇੱਥੇ ਬੈਠੇ ਹੁੰਦੇ ਨਾ ਅਤੇ ਮਾਤਾ ਜੀ ਬੈਠੇ ਹੁੰਦੇ ਸੀ ਹੋਰ ਤਾਂ ਜ਼ਿਆਦਾ ਹੁੰਦੇ ਨੇ ਦੋ ਤਿੰਨ ਬੰਦੇ ਹੁੰਦੇ ਜਦੋਂ ਮਾੜਾ ਜਿਹਾ ਗੁਣਗਣਾ ਦਿੰਦਾ ਨਾ ਗਾਣਾ ਮਾਸਟਰੀ ਨੇ ਜੋਸ਼ ਇੱਦਾਂ ਆਉਂਦਾ ਨਾ ਮੈਂ ਕਿਹਾ ਵੀ ਬਾਕੀ ਜਾਣਾ ਗਾਣੇ 'ਚ ਹੈ ਨਾ ਜੀ ਸੋ ਚੰਗਾ ਲੱਗਦਾ ਚੰਗਾ ਲੱਗਦਾ ਬਹੁਤ ਕਿਆ ਬਾਤ ਮਾਸੀ ਨੂੰ ਇਦਾਂ ਲੱਗਦਾ ਵੀ ਨਹੀਂ ਯਾਰ ਇਹ ਇਨਸਾਫ ਹੋ ਰਿਹਾ ਗਾਣੇ ਨਾਲ ਉਹਨਾਂ ਨੇ ਇਹੀ ਗੱਲ ਕਹੀ ਕਹਿੰਦੇ ਕਿ ਜਦੋਂ ਵੀ ਮੈਂ ਕੋਈ ਗਾਣਾ ਲਿਖਣਾ ਹੁੰਦਾ ਨਾ ਸੋਚਦਾ ਤਾਂ ਸਭ ਤੋਂ ਪਹਿਲਾਂ ਸੁਰਜੀਤ ਖਾਨ ਨਾਮ ਮੇਰੇ ਔਰ ਆਵਾਜ਼ ਮੇਰੇ ਕੰਨਾਂ ਜਿਹੜੀ ਉਹੀ ਗੂੰਜਦੀ ਹੈ ਕਿ ਮੈਂ ਗਾਣਾ ਉਹਨਾਂ ਲਈ ਬਣਾਇਆ ਹੈ ਨਾ ਅਤੇ ਭਾਅ ਜੀ ਮੈਂ ਚਾਹੁੰਦਾ ਕਿ ਹੁਣ ਜਿਹੜਾ ਇੰਟਰਵਿਊ ਦਾ ਰੰਗ ਬੰਨਿਆ ਜਾਵੇ ਥੋੜ੍ਹਾ ਜਿਹਾ ਹੈ ਨਾ ਕਿੱਕਲੀ ਤੋਂ ਸ਼ੁਰੂ ਕਰਦੇ ਹਾਂ ਆਪਾਂ ਬਹੁਤ ਛੇਤੀ ਸਬੱਬ ਪਰਮਾਤਮਾ ਨੇ ਬਣਾਇਆ ਮੈਂ ਪਿਛਲੀ ਇੰਟਰਵਿਊ ਦੇ ਵਿੱਚ ਕਿਹਾ ਜਦੋਂ ਆਪਾਂ ਇਕੱਲੇ ਦੋਵਾਂ ਦੀ ਕੀਤੀ ਮੈਂ ਕਿਹਾ ਭਾਅ ਜੀ ਆਪਾਂ ਅਗਲੀ ਇੰਟਰਵਿਊ ਦੇ ਵਿੱਚ ਬੈਠ ਕੇ ਨਾ ਉਹ ਜਿੰਨੇ ਗਾਣੇ ਜਿਹੜੇ ਪਿਛਲੇ ਰਹਿ ਗਏ ਸੀਗੇ ਉਹ ਸੁਣਨੇ ਆ ਔਰ ਉਹ ਸਬੱਬ ਬਣਾਤਾ ਪਰਮਾਤਮਾ ਨੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਥੀ ਗਾਉਣੇ ਗੱਲਾਂ ਮੱਤਾਂ ਮੈਨੂੰ ਘੱਟ ਆਉਂਦੀਆਂ ਨੇ ਗਾਣੇ ਤਾਂ ਜਿੰਨੇ ਮਰਜ਼ੀ ਸੁਣ ਲਓ ਜੀ ਗਾਣੇ ਹੀ ਆਉਂਦੇ ਨੇ ਸੋ ਕਿੱਕਲੀ ਪਾ ਕੇ ਤੁਸੀਂ ਦੇਖਿਆ ਪਲੇਟ ਦੇ ਉੱਤੇ ਵੀ ਲਿਖਿਆ ਹੋਇਆ ਇਹ ਕਿੱਕਲੀ ਸ਼ਬਦ ਇਦਾਂ ਦਾ ਕਿ ਮਾਸੀ ਨਾਲ ਲਿਖਤਾ ਗਾਣਾ ਔਰ ਮੇਰੇ ਹਿੱਸੇ ਆ ਗਏ ਜਦੋਂ ਆਪਾਂ ਰਿਕਾਰਡ ਕੀਤਾ ਤਾਂ ਬਹੁਤ ਸਾਰੇ ਹੁਣ ਗੀਤਕਾਰਾਂ ਦੇ ਨਾਂ ਨਹੀਂ ਲੈਂਦਾ ਮਾਸੀ ਦੇ ਅਸੀਂ ਬੈਠੇ ਦੇ ਉਹ ਕਹਿੰਦਾ ਯਾਰ ਇਹ ਮੇਰੇ ਹਿੱਸੇ ਕਿਉਂ ਨਹੀਂ ਆਇਆ ਮੈਂ ਕਿਉਂ ਨਹੀਂ ਲਿਖ ਪਾਇਆ ਗੀਤ ਨੂੰ ਕਿੱਕਲੀ ਪਾ ਕੇ ਹੈ ਨਾ ਸੋ ਗਾਣਾ ਇੰਨਾ ਵਧੀਆ ਸੀ ਅਤੇ ਜਦੋਂ ਹੋਇਆ ਇਹਨਾਂ ਦਿਨਾਂ ਮਤਲਬ ਅੱਜ ਗਾਇਆ ਗਾਣਾ ਦੂਜੇ ਦਿਨ ਮੈਨੂੰ ਸਟਾਰ ਬਣਾਤਾ ਇਸ ਗਾਣੇ ਨੇ ਦੁਨੀਆਂ ਦੇ ਵਿੱਚ ਪੂਰੀ ਫੈਲ ਗਿਆ ਗਾਣਾ ਜਿੰਨਾ ਪਿਆਰਾ ਸੱਤੀ ਤੁਹਾਨੂੰ ਆ ਗਾਣਾ ਉਸ ਤੋਂ ਜ਼ਿਆਦਾ ਪਿਆਰਾ ਮੈਨੂੰ ਆ ਗਾਣਾ ਹੈ ਸੋ ਮੈਂ ਸੁਣਾਉਣਾ ਦੋਕ ਬੋਲ ਹੇਕ ਤਾਂ ਨਹੀਂ ਹੁਣ ਲੱਗਣੀ ਬਿਲਕੁਲ ਬਿਲਕੁਲ ਗੀਤੀਆਂ ਲਾਇਨ ਜੀ ਖੋਰੇ ਰੱਬ ਨੇ ਖੋਰੇ ਰੱਬ ਨੇ ਖੋਰੇ ਰੱਬ ਨੇ ਬਣਾਈ ਤੂੰ ਕਿੰਨੀ ਵਾਰ ਟਾਕੇ ਕਿੰਨੀ ਵਾਰ ਟਾਕੇ ਤੈਨੂੰ ਜੋਵਨ ਚੜਿਆ ਏ ਨੀ ਕਿੱਕਲੀ ਪਾ ਕੇ ਨੀ ਕਿੱਕਲੀ ਪਾ ਕੇ ਤੈਨੂੰ ਜੋਵਨ ਚੜਿਆ ਏ ਨੀ ਕਿੱਕਲੀ ਪਾ ਕੇ ਨੀ ਕਿੱਕਲੀ ਪਾ ਕੇ ਕਿਆ ਬਾਤ ਹੈ ਕਿਆ ਬਾਤ ਹੈ ਭਾਈ ਮਜ਼ਾ ਆ ਗਿਆ ਸੱਚੀ ਮਾਸਟਰ ਜੀ ਬਣ ਗਿਆ ਨਾ ਰੰਗ ਇੰਟਰਵਿਊ ਦਾ ਮਾਹੌਲ ਬਣ ਗਿਆ ਨਾ ਵਧੀਆ ਬਣ ਗਿਆ ਅਤੇ ਤੁਸੀਂ ਜਦੋਂ ਇਹ ਗਾਣਾ ਲਿਖਿਆ ਸੀਗਾ ਅਤੇ ਹੋਰ ਕਿਸੇ ਆਰਟਿਸਟ ਨੂੰ ਵੀ ਸੁਣਾਇਆ ਸੀ ਜਾਂ ਸਿੱਧਾ ਭਾਅ ਜੀ ਨਾਲ ਕੰਟੈਕਟ ਹੋਇਆ ਇਹ ਨਾ ਉਦੋਂ ਇੱਕ ਵੱਡੇ ਬੇਟੇ ਦੀ ਗੱਲ ਕਰਦੇ ਹਾਂ ਉਹ ਜਿਨ੍ਹਾਂ ਦੇ ਕੋਲ ਰਹਿੰਦਾ ਸੀ ਉਹਨਾਂ ਦਾ ਵਿਆਹ ਸੀ ਉਹ ਕਹਿਣ ਲੱਗੇ ਵੀ ਮੇਰੀ ਡਿਊਟੀ ਲਾ ਦਿੱਤੀ ਵੀ ਤੁਸੀਂ ਸਿੰਗਰ ਇਹ ਆਉਣੇ ਚਾਹੀਦੇ ਅਸੀਂ ਗਏ ਮਨਮੋਹਨ ਵਾਰਸ ਜੀ ਨੂੰ ਕਿਹਾ ਉਹਨਾਂ ਨੇ ਅਤੇ ਵੀ ਉਹ ਇੱਥੇ ਲੱਗਣੇ ਚਾਹੀਦੇ ਆ ਪਰ ਭਜਨ ਮਾਨ ਨੂੰ ਕਿਹਾ ਵੀ ਉੱਥੇ ਲੱਗਣੇ ਚਾਹੀਦੇ ਗੁਰਪ੍ਰੀਤ ਨਿਆਮਿਆ ਜੀ ਗੁਰਮੀਤ ਸ਼ਾਹਬਾਦ ਤੋਂ ਤੀ ਸਾਡੇ ਨਾਲ ਗਏ ਅਸੀਂ ਗਏ ਤਾਂ ਕਰਨ ਉਹਨਾਂ ਅਤੇ ਉਹ ਕਹਿਣ ਲੱਗੇ ਵੀ ਮੈਂ ਨਾ ਸੁਹਾੜਾ ਸਾਹਿਬ ਤੁਹਾਨੂੰ ਗਾਉਣਾ ਚਾਹੁੰਦਾ ਵੀ ਮੈਨੂੰ ਕੋਈ ਦੋ ਇੱਕ ਦੋ ਗੀਤ ਦਿਓ ਵੀ ਪਰ ਕਈ ਦਫ਼ਾ ਹੁੰਦਾ ਕੁਛ ਸਿੰਗਰ ਰਾਈਟਰਾਂ ਦੀ ਗ੍ਰਿਫਤ 'ਚ ਹੁੰਦੇ ਕੁਛ ਰਾਈਟਰ ਗ੍ਰਿਫਤ ਦੇ ਵਿੱਚ ਹੁੰਦੇ ਨਾ ਵੀ ਮੈਂ ਥੋੜ੍ਹਾ ਕਿਤੇ ਨਾ ਕਿਤੇ ਗੀਤ ਜ਼ਰੂਰ ਗਾਉਣਾ ਅਤੇ ਉਹ ਮੇਰੇ ਹੁਣ ਵੀ ਯਾਦ ਹੈ ਪਤਾ ਨਹੀਂ 200 ਪਤਾ ਨਹੀਂ 300 ਹੋਇਆ ਨੀਅਰ ਅਬਾਊਟ ਇੰਨਾ ਕੁ ਆ ਉਹ ਮਤਲਬ ਪਹਿਲੇ ਗਾਣਿਆਂ ਦੇ ਵਿੱਚ ਲਿਖਿਆ ਹੋਇਆ ਗਾਣਾ ਅੱਛਾ ਜੀ ਉਹਨਾਂ ਨੂੰ ਇੱਕ ਗਾਣਾ ਸੁਣਾ ਇੱਕ ਗਾਣਾ ਸੁਣਾਇਆ ਤੀ ਪੱਗ ਸਾਡੀ ਰੰਗ ਜਾਂ ਸੰਧੂਰੀ ਰੰਗ ਵਾਲੀ ਹੈ ਕੋਈ ਇਸ ਤਰ੍ਹਾਂ ਦਾ ਅਤੇ ਉਹ ਕੁਦਰਤੀ ਅਸੀਂ ਉੱਥੋਂ ਇੱਥੇ ਆ ਗਏ ਅਤੇ ਦੂਜੇ ਤੀਜੇ ਦਿਨ ਕੋਈ ਗੱਲ ਚੱਲੀ ਤਾਂ ਇਹ ਸੁਰਜੀਤ ਜੀ ਨੇ ਉਹਨਾਂ ਨੇ ਕਿਤੇ ਸੁਣਾ ਦਿੱਤਾ ਇਹਨਾਂ ਨੂੰ ਵੀ ਆਹ ਗਾਣਾ ਇਹ ਕਹਿੰਦੇ ਵੀ ਜੇ ਉਹ ਗਾਣਾ ਕਿਤੇ ਮੈਨੂੰ ਮਿਲ ਜਾਵੇ ਤਾਂ ਹੋਰ ਕਿਆ ਚਾਹੀਦਾ ਅਤੇ ਇੱਥੇ ਆ ਗਏ ਅਗਲੇ ਦਿਨ ਕਹਿੰਦੇ ਉਹ ਮਾਸਟਰ ਜੀ ਉਹ ਲਿਆਓ ਕਾਪੀ ਵੀ ਅਤੇ ਉਹ ਫਲਾਣਾ 294 ਮੈਂ ਐਰ ਵਗੈਰਾ ਅਤੇ ਫਿਰ ਮੈਨੂੰ ਪੁੱਤ ਸੁਰਜੀਤ ਵੱਧ ਕੋਈ ਪਿਆਰਾ ਆਈ ਨਹੀਂ ਸੀ ਅਤੇ ਮੈਂ ਕਿਹਾ ਲਓ ਜੀ
ਤੇ ਉਹ ਗਾਣਾ ਮਤਲਬ ਕਿ ਐਡਾ ਵੱਡਾ ਹਿੱਟ ਹੋ ਜਾਊਗਾ, ਇਸ ਗੱਲ ਦਾ ਪਹਿਲਾਂ ਅੰਦਾਜ਼ਾ ਸੀ? ਦੇਖੋ ਕਹਿ ਨਹੀਂ ਸਕਦੇ ਹੁੰਦੇ, ਪਰ ਹੁਣ ਜਿਵੇਂ ਹੁਣ ਤਾਂ ਇਹ ਨਾ ਵੀ ਜਿਹੜੀ ਹੁਣ ਅਸੀਂ ਕਹਿ ਸਕਦੇ ਹਾਂ ਵੀ ਜਿਹੜੇ ਆਉਣ ਵਾਲੇ ਗੀਤ ਹੈ ਉਹ ਹਿੱਟ ਹੋਣਗੇ, ਪਰ ਇੰਨਾ ਤਾਂ ਪਤਾ ਵੀ ਪੁੱਤ ਖਿਲਾਰਾ ਤਾਂ ਪਾਊਗਾ ਹੀ, ਖਿਲਾਰਾ ਪੈ ਗਏ ਬਸ। ਪਰ ਪਤਾ ਲੱਗ ਜਾਂਦਾ ਥੋੜ੍ਹਾ ਜਿਹਾ ਨਾ, ਜਿੱਦਾਂ ਅਸੀਂ ਕਿੱਕਲੀ ਪਾ ਕੇ ਗੱਲ, ਜਦੋਂ ਟਰੈਕ ਬਣ ਗਿਆ ਸੀਗਾ ਫਲੋ ਇੰਨਾ ਸੀਗਾ ਗਾਣੇ ਦੇ ਵਿੱਚ, ਜਦੋਂ HMB ਦੇ ਨਾਲ HMB 'ਚ ਆਈ ਸੀ ਟੇਪ, ਅਤੇ ਉਹਨਾਂ ਨੂੰ ਜਦੋਂ ਦੱਸਿਆ ਤਾਂ ਉਹ ਜਿਹੜਾ ਬੰਬੇ ਤੋਂ ਆ ਸੀ ਵਿਕਾਸ ਚੋਪੜਾ, ਜਗਮੀਤ ਵੱਲ ਨੇ ਵੀਡੀਓ ਕੀਤਾ ਸੀਗਾ, ਅਤੇ ਉਹ ਬੰਦਾ ਉਸ ਬੰਦੇ ਦੀ ਵਾਰਡਿੰਗ ਸੀ, ਕਹਿਤਾ ਜਗਮੀਤ ਕਹਿਤਾ ਯਾਰ ਇਸ 'ਤੇ ਜਿਤਨਾ ਮਰਜ਼ੀ ਪੈਸਾ ਲਗਾ ਦਿਉ, ਵੀ ਇਸ ਗਾਣੇ ਕੋ ਜਿਤਨਾ ਮਰਜ਼ੀ ਲਗਾ ਦਿਉ, ਮੈਂ ਸਾਰਾ ਮੈਂ ਪੇ ਕਰੂੰਗਾ। ਔਰ ਲੜਕੀ ਕਹਿ ਜੋ ਹੋ ਗਈ ਕਹਿਤਾ ਮੈਂ ਭੇਜੂੰਗਾ ਬੰਬੇ ਸੇ, ਵੀ ਮਾਡਲ ਮੈਂ ਭੇਜਣੀ ਆ, ਵੀ ਤੁਸੀਂ ਜਿੰਨਾ ਮਰਜ਼ੀ ਪੈਸਾ ਲਾ ਦਿਉ। ਸੋ ਮੈਨੂੰ ਇੱਦਾਂ ਲੱਗਣ ਲੱਗ ਗਿਆ ਸੀ ਵੀ ਜਦੋਂ ਇਹ ਬੰਦਾ ਇੰਨਾ ਇੰਟਰਸਟ ਦਿਖਾ ਰਿਹਾ ਵੀ ਗਾਣਾ ਬਹੁਤ ਵੱਡਾ, ਸੋ ਥੋੜ੍ਹਾ ਜਿਹਾ ਤਾਂ ਅਹਿਸਾਸ ਉਦੋਂ ਹੋਊਗਾ, ਤਾਂ 50% ਕੇ ਵੀ ਵਧੀਆ। ਉਹਦੀ ਬਹੁਤ ਘੱਟ ਬਜਟ ਦੀ ਐਲਬਮ ਬਣੀ ਹੋਈ ਆ ਉਹ, ਜੇ ਕਿਤੇ ਹੋਰ ਜ਼ਿਆਦਾ ਬੈਟਰ ਬਣੀ ਹੁੰਦੀ, ਮਿਊਜ਼ਿਕਲੀ ਬਹੁਤ ਸਟਰੋਂਗ ਹੁੰਦੀ, ਜ਼ਿਆਦਾ ਹੋਰ ਜ਼ਿਆਦਾ ਹੋਣਾ ਸੀਗਾ ਕੰਮ, ਪਰ ਫਿਰ ਵੀ ਬਹੁਤ ਜ਼ਿਆਦਾ ਉਹਨਾਂ ਧੁੱਕੀ। ਪਰ ਸ਼ਾਇਦ ਭਾਈ ਜਿਹੜੀਆਂ ਚੀਜ਼ਾਂ ਕੁਦਰਤੀ ਹੁੰਦੀਆਂ ਹੈ ਨਾ, ਉਹ ਵਾਕਈ ਬਹੁਤ ਵੱਡਾ ਮਤਲਬ ਕਿ ਇੱਕ ਇਤਿਹਾਸ ਰਚ ਜਾਂਦੀਆਂ ਹੈ ਨਾ, ਅਤੇ ਇਸ ਗਾਣੇ ਨੇ ਸ਼ਾਇਦ ਤੁਸੀਂ ਕਹਿ ਲਓ ਕਿ ਸ਼ਾਇਦ ਇਹ ਵੀ ਹੋ ਸਕਦਾ ਸੀ ਵੱਧ ਬਜਟ ਲੱਗਿਆ ਹੁੰਦਾ, ਸ਼ਾਇਦ ਉਹ ਲੋਕਾਂ ਨੇ ਜੇ ਪ੍ਰਵਾਨ ਕਰਨੀ ਸੀ ਉਹ ਇਸ ਤਰੀਕੇ ਦੇ ਨਾਲ ਹੈ ਨਾ, ਇੰਨਾ ਚੱਲਿਆ ਗਾਣਾ। ਮੈਂ ਕਹਿੰਦਾ ਜਿੰਨਾ ਵੀ ਕਹਿ ਲਓ, ਇੱਕ ਵਾਰ ਅਸੀਂ ਉਦੋਂ ਦਿਨਾਂ ਦੇ ਵਿੱਚ ਇੱਕ ਅੱਧੇ 'ਚ ਗਾਣਾ ਬੀਨ ਸੀਗਾ, ਅਤੇ ਮੈਂ ਲੁਧਿਆਣੇ ਜਸਵੰਤ ਸੰਧੀਲਾ ਜੀ ਬਜਾ ਜੋਗੀ ਆਵੇ ਉੱਥੇ ਪ੍ਰੋਗਰਾਮ ਕਰਾਇਆ ਲੁਧਿਆਣੇ, ਉਹ ਕਹਿੰਦਾ ਦੋ ਹੀ ਗਾਣੇ ਗਾਣੇ ਨੇ, ਕਿੱਕਲੀ ਪਾ ਕੇ ਅਤੇ ਬੀਨ। ਮੈਂ ਕਹਿੰਦਾ ਵੀ ਉਹਨਾਂ ਨੇ ਹਨੇਰੀ ਠਾਲਦੀ, ਪੈਸੇ ਇੱਕ ਇੱਧਰ ਖੜ ਗਿਆ ਬੰਦਾ, ਇੱਕ ਇੱਧਰ ਪੈਸੇ ਸਿੱਟ ਜਾਣ ਮੇਰੇ 'ਤੇ, ਇੰਨਾ ਮਤਲਬ ਇੰਨੀ ਕੁ ਜ਼ਿਆਦਾ ਉਹ ਹੈਮਰਿੰਗ ਮਾਰ ਗਈ ਲੋਕਾਂ ਦੇ ਦਿਮਾਗ 'ਤੇ ਬਹੁਤ ਜ਼ਿਆਦਾ ਐਲਬਮ, ਬਹੁਤ ਜ਼ਿਆਦਾ। ਸੋ ਇੱਕ ਮਾਤਾ ਮੈਨੂੰ ਅੰਮ੍ਰਿਤਸਰ ਤੋਂ ਲੇਡੀ, ਬਜ਼ੁਰਗ ਲੇਡੀ, ਉਹ ਮੈਨੂੰ ਕਹਿੰਦੀ ਕਹਿੰਦੀ ਮੈਂ ਵੀ ਜਦੋਂ ਸੁਰਜੀਤ ਤੇਰੀ ਹੇਕ ਆਉਂਦੀ ਹੈ ਨਾ TV ਦੇ ਮੂਹਰੇ, ਕਹਿੰਦੀ ਮੈਂ ਗੁਰਗੋਬਿੰਦ ਸਿੰਘ ਦੀ ਫੋਟੋ ਦੇ ਮੂਹਰੇ ਹੱਥ ਜੋੜੇ ਖੜ ਜਾਣੀ, ਇਹ ਮੇਰੇ ਮਾਲਕ ਆ, ਵੀ ਇਹਦੀ ਇਹ ਇੱਦਾਂ ਹੀ ਸਾਹ ਵਾਪਸ ਆ ਜਾਵੇ ਹੈ ਨਾ। ਸੋ ਇੱਕ ਸਭ ਤੋਂ ਵੱਡੀ ਪ੍ਰਾਪਤੀ ਇਸ ਗਾਣੇ ਦੀ ਇਹ ਸੀਗੀ, ਉਹ ਕਹਿੰਦੀ ਵੀ ਮੈਂ ਆਪਣੀ ਫੈਮਿਲੀ ਨੂੰ, ਕੁੜੀਆਂ ਨੂੰ ਬੁਲਾ ਕੇ ਜਦੋਂ ਇਹ ਗਾਣਾ ਆਉਂਦਾ ਸੀ ਮੈਂ ਸਾਰੇ ਪਰਿਵਾਰ ਨੂੰ ਇਕੱਠਾ ਕਰਕੇ ਆਉਂਦੀ ਵੀ ਭੱਜ ਗਿਆ ਉਹ ਗਾਣਾ ਦੇਖੋ, ਕਹਿੰਦਾ ਇਹ ਇੰਨਾ ਕਲਚਰਲ ਗਾਣਾ। ਸੋ ਇਹ ਚੀਜ਼ਾਂ ਜਦੋਂ ਲੋਕ ਤੁਹਾਨੂੰ ਇੱਦਾਂ ਐਪਰੀਸ਼ੀਏਸ਼ਨ ਕਰਦੇ ਸ਼ੇਅਰ ਕਰਦੇ ਹੈ ਨਾ, ਸੋ ਮਤਲਬ ਉਦੋਂ ਇੱਦਾਂ ਲੱਗਦਾ ਵੀ ਮਾਸਟਰੀ ਦੀ ਮਿਹਨਤ ਵੀ ਪੂਰੀ ਹੋ ਗਈ। ਇਹਦੇ ਨਾਲ ਇੱਕ ਗੱਲ ਐਡ ਹੋਰ ਕਰਨੀ ਚਾਹੁੰਦਾ, ਉਦੋਂ ਮੇਰੇ ਕੋਲ ਤੁਹਾਨੂੰ ਦੱਸਿਆ ਮਰੂਤੀ ਦੀ ਹੈ ਨਾ, ਜੀ ਜੀ ਜੀ, ਮੈਂ ਮਰੂਤੀ ਦੇ ਮਤਲਬ ਪੂੰਛ ਚੁਕਾ ਦਿੰਦਾ ਸੀ, ਬਹੁਤ ਭਜਾਉਂਦੇ ਕਿਉਂਕਿ ਸੜਕਾਂ 'ਤੇ ਆਰਾਮ ਰਸ਼ ਰੁਸ਼ ਹੁੰਦਾ ਨਹੀਂ। ਇੱਥੋਂ 4 ਕਿਲੋਮੀਟਰ ਮੇਰਾ ਸਕੂਲ ਪੈਂਦਾ, ਔਨ ਰੋਡ ਹੈ, ਤੁਸੀਂ ਇੱਧਰ ਨੂੰ ਗਏ ਵੀ ਹੋਵੋਗੇ ਮੇਰਾ ਔਨ ਰੋਡ ਸਕੂਲ, ਭਾਵੇਂ ਮੁੜੋ ਅੰਦਰ ਐਂਟਰ ਹੋ ਜਾਂਦੇ ਹੈ ਨਾ। ਅਤੇ ਆਹ ਗੀਤ ਆਇਆ ਅਤੇ ਮੈਂ ਨਾ ਡਰਦੇ ਡਰਦੇ ਨੂੰ ਉੱਪਰ ਚੜ੍ਹਾ ਕੇ, ਮੇਰੇ ਅੱਗੇ ਪਿੱਛੇ ਤਾਂ ਨਹੀਂ ਕੋਈ ਆਉਂਦਾ, ਮੈਂ ਲਾਇਆ ਕਰਾਂ ਕਿੱਕਲੀ, ਪਹਿਲਾਂ ਤਾਂ ਉਹ ਚੱਲਦਾ ਰਹਿੰਦਾ ਤੈਨੂੰ ਜੋ, ਇਹ ਤਾਂ ਬਾਅਦ 'ਚ ਕਹਿੰਦੇ ਕਿੱਕਲੀ ਪਾ ਕੇ ਪਤਨੀ ਹੈ ਨਾ ਕੋਰਸ ਚੱਲਦਾ, ਇਹਨੇ ਨੂੰ ਮੈਂ ਸਕੂਲ ਦੇ ਨੇੜੇ ਜਾਉਣਾ ਸਾਰਾ ਉਹਨੇ ਖਤਮ ਹੋ ਜਾਣਾ, ਇਹਨੇ ਸ਼ੁਰੂ ਕਰਨਾ ਹੁੰਦਾ, ਮੇਰੇ ਨਾਲ 2-3 ਦਿਨ ਆਹੀ ਹੋਈ ਗਏ। ਇਹ ਸੁਣੀ ਹੈ, ਮੈਂ ਉਰੇ ਆਇਆ, ਮੈਂ ਇਹਨੂੰ ਕਿਹਾ ਲੱਕੀ ਨੂੰ, ਮੈਂ ਕਿਹਾ ਲੱਕੀ ਆ ਬੇਟਾ ਜਿਹੜਾ ਹੁਣ ਇੱਥੇ, ਮੈਂ ਕਿਹਾ ਲੱਕੀ ਯਾਰ ਮੇਰੇ ਤਾਂ ਗੀਤ ਹੀ ਨਹੀਂ ਸੁਣ, ਕਹਿੰਦਾ ਪਾਪਾ ਤੁਸੀਂ ਕਿਉਂ ਸੜਕ ਪਰ ਪੰਗਾ ਲੈਂਦੇ, ਇੱਕ ਤਾਂ ਤੁਸੀਂ ਮੂਰਤੀ ਭਜਾਉਂਦੇ ਬਹੁਤ, ਇੱਕ ਨੰਬਰ 2 ਤੁਹਾਨੂੰ ਫਿਰ ਕਿਤੇ ਐਕਸੀਡੈਂਟ ਨਾ ਕਰ ਲਿਓ, ਖੜਾਓ ਇੱਥੇ ਮੈਂ ਤੁਹਾਨੂੰ ਗੀਤ ਸੁਣਾਉਂਦਾ। ਭਾਈ ਮੈਂ 3rd-4th ਦਿਨ ਘਰੇ ਬੈਠ ਕੇ ਸੁਣਿਆ, ਮਤਲਬ ਘਰੇ ਲਾ ਕੇ ਸੁਣਿਆ। ਹਾਂਜੀ ਹਾਂਜੀ। ਅਤੇ ਭਾਈ ਜਿਵੇਂ ਹੁਣ ਗਾਣੇ ਜਦੋਂ ਵੀ ਤੁਸੀਂ ਕੋਈ ਪਸੰਦ ਕਰਨਾ ਹੁੰਦਾ ਜਾਂ ਮਤਲਬ ਕਿ ਮਾਸਟਰ ਜੀ ਨਾਲ ਗੱਲ ਹੁੰਦੀ ਹੈ ਨਾ, ਟੌਪਿਕ ਤੁਸੀਂ ਖੁਦ ਸੁਜੈਸਟ ਕਰਦੇ ਹੋ ਜਾਂ ਉਹ ਕਾਪੀ ਖੋਲ੍ਹ ਕੇ ਆਪ ਹੀ ਦੱਸ ਦਿੰਦੇ ਹੋ ਕਿ ਮੈਨੂੰ ਆਹ ਗਾਣਾ ਚਾਹੀਦਾ ਜਾਂ ਮਤਲਬ ਕਿ ਕਿੱਦਾਂ ਜਾਂ ਟੌਪਿਕ ਦੱਸਦੇ ਹੋ? ਮਾਸਟਰ ਜੀ ਮੈਨੂੰ ਗਾਣੇ ਸੁਣਾਉਂਦੇ ਰਹਿੰਦੇ ਨੇ ਵੀ ਅੱਜ ਪੁੱਤ ਇਹ ਲਿਖਿਆ ਦੇਖ ਜ਼ਰਾ, ਉਹ ਦੱਸੀ ਜਾਂਦੇ ਨਾਲ ਨਾਲ, ਫਿਰ ਮੈਨੂੰ ਲੱਗਦਾ ਮਾਸੀ ਮੈਂ ਇਹ ਹੋਰ ਜ਼ਿਆਦਾ ਵੱਡਾ, ਹੁਣ ਮੈਂ ਹੁਣ ਨਵੇਂ ਸੁਣਾ ਸਕਦਾ ਤੁਹਾਨੂੰ ਗਾਣੇ, ਬਹੁਤ ਜ਼ਿਆਦਾ ਇੰਨੇ ਵਧੀਆ ਵਧੀਆ ਬਣੇ ਪਏ ਨੇ। ਅਤੇ ਮਤਲਬ ਅੰਦਾਜ਼ ਆ ਜਿਹੜਾ ਮਾਸੀ ਦਾ ਲਿਖਣ ਦਾ ਨਾ, ਉਹ ਮੈਨੂੰ ਸੂਟ ਵੀ ਬਹੁਤ ਕਰਦਾ, ਔਰ ਇੱਕ ਬਲੇਮੇ 'ਚ ਬਹੁਤ ਛੇਤੀ ਆ ਜਾਂਦਾ ਮੇਰੇ, ਉਹ ਗ੍ਰਿਫਤ 'ਚ ਆ ਜਾਂਦੇ ਆ, ਜਿੱਦਾਂ ਕਈ ਲੋਕ ਸਿੰਗਰ ਕਹਿੰਦੇ ਮਾਸੀ ਉਹਨਾਂ ਕੋਲ ਆਉਂਦੇ ਵੀ ਤੁਹਾਡੇ ਸ਼ਬਦ ਗਾਣੇ ਹੀ ਬਹੁਤ ਔਖੇ ਮੂੰਹ 'ਚ ਫਸ ਜਾਂਦੇ ਆ, ਉਹਦੇ ਵਾਸਤੇ ਜਾਣ ਚਾਹੀਦੀ ਆ। ਔਰ ਮੈਨੂੰ ਬਹੁਤ ਈਜ਼ੀਲੀ ਲੱਗਦਾ, ਮੈਨੂੰ ਲੱਗਦਾ ਵੀ ਹਾਂ ਬਣੀ ਗੱਲ। ਮਾਸੀ ਜੀ ਮੈਨੂੰ ਸੁਣਾਉਂਦੇ ਰਹਿੰਦੇ ਗਾਣੇ, ਅਤੇ ਉਹਦੇ ਵਿੱਚੋਂ ਆਪਾਂ ਗਾਣਾ ਤਾਂ ਇਹਨਾਂ ਦੇ ਸਾਰੇ ਹੀ ਬਹੁਤ ਟੌਪ ਦੇ ਨੇ, ਪਰ ਕਈ ਵਾਰੀ ਫਿਰ ਸਾਨੂੰ ਇਹ ਹੁੰਦਾ ਵੀ ਜਿੱਦਾਂ ਛੋਟਾ ਭਰਾ ਲੱਕੀ ਹੈ ਨਾ, ਲੱਕੀ ਵੀ ਦੰਦਾ ਜਿੱਦਾਂ ਉਹਨੇ ਮੈਨੂੰ ਸੁਣਾਇਆ, ਕਹਿੰਦਾ ਯਾਰ ਪਾਪਾ ਦਾ ਇੱਕ ਗਾਣਾ ਬਹੁਤ ਘੈਂਟ ਆ, ਤੂੰ ਨੱਚੀ ਬੋਲੀਆਂ ਜ਼ਰੂਰ ਪਾਵਾਂਗੇ, ਹੋਰ ਦੀ ਵਾਰੀ ਦਾ ਅਸੀਂ ਠੇਕਾ ਨਹੀਂ ਲਿਆ। ਮੈਂ ਕਿਹਾ ਲੱਕੀ ਗੱਲ ਬਹੁਤ ਵਧੀਆ ਬਾਬਾ ਜਦੇ ਕਰਕੇ, ਕਈ ਇੱਦਾਂ ਇੱਦਾਂ ਹੁੰਦਾ ਹੈ ਨਾ, ਇਹ ਜਿਹੜਾ ਹੁੰਦਾ ਜਿੱਦਾਂ ਉਹ ਜਿੱਦਾਂ ਏਜ਼ ਘੱਟ ਹੈ
ਕਮਰਸ਼ੀਅਲਿਜ਼ਮ ਪਾਸੇ ਨੂੰ ਜ਼ਿਆਦਾ ਜਾਂਦਾ, ਜਿੱਦਾਂ ਬੰਦਾ ਮਚੋਰ ਹੋਈ ਜਾਂਦਾ ਉਹ ਥੋੜ੍ਹਾ ਜਿਹਾ ਜ਼ਿਆਦਾ ਸੱਭਿਆਚਾਰ ਪਾਸੇ ਨੂੰ ਜ਼ਿਆਦਾ ਦੌੜਦਾ ਹੈ ਨਾ, ਇਸ ਕਰਕੇ ਥੋੜ੍ਹਾ ਜਿਹਾ ਹੋ ਜਾਂਦਾ ਫਿਰ ਆਪਾਂ ਨੂੰ ਕਮਰਸ਼ੀਅਲ ਵੀ ਰੱਖਣਾ ਪੈਂਦਾ ਅਤੇ ਉਹ ਫਿਰ ਬੈਲੈਂਸ ਬਣਦਾ। ਇਹ ਫਾਇਦਾ ਹੈ ਨਾ ਜੀ ਪਰਿਵਾਰ ਨੂੰ ਗੀਤ ਤੁਹਾਡੇ ਸੁਣਾਉਣ ਦਾ ਕਿ ਬਾਈ ਚਾਂਸ ਜੇ ਤੁਹਾਡੇ ਦਿਮਾਗ 'ਚੋਂ ਸਕਿੱਪ ਕਰ ਗਿਆ ਤਾਂ ਪਰਿਵਾਰ ਨੂੰ, ਮਾਤਾ ਨੇ ਬਹੁਤ ਸਾਰੇ ਗਾਣੇ ਦੇ ਮੈਨੂੰ, ਮਾਤਾ ਤਾਂ ਸੁਣਾਈ ਜਾਂਦੀ ਮੈਨੂੰ ਗਾਣੇ। ਕੋਈ ਐਸਾ ਗਾਣਾ ਜਿਹੜਾ ਕਿ ਮਾਸਟਰ ਜੀ ਸੁਣਾਉਣਾ ਭੁੱਲ ਗਏ ਹੁਣ ਅਤੇ ਉੱਧਰੋਂ ਪਰਿਵਾਰ ਵੱਲੋਂ ਆਇਆ ਹੋਵੇ ਕਿ ਆਹ ਗੀਤ ਹੈ ਤਾਂ ਉਹ ਗਾਣਾ ਸੁਪਰ ਡੁਪਰੇਟ ਹੋ ਗਿਆ। ਮੈਂ ਤੁਹਾਨੂੰ ਦੱਸੀ ਜਾਂਦਾ ਵੀ ਜੁੱਤੀ ਦਾ ਜਿਹੜਾ ਵਰਜਨ ਅਸੀਂ ਕਰਿਆ ਨਾ ਆਉਣ ਲੱਗਾ ਜੀ, ਆਹ ਦੇਖਿਓ ਤੁਸੀਂ ਜਦੋਂ ਰਿਲੀਜ਼ ਹੋਣਾ ਇੱਕ ਵਾਰ। ਪਹਿਲੇ ਜਿਹੜੇ ਰਿਕਾਰਡ ਹੋਏ ਗੀਤ ਗੀਤਾਂ ਦੇ ਵਿੱਚੋਂ ਐਸਾ ਹੋਇਆ ਕਿ ਜਿਹੜਾ ਇਹਨਾਂ ਨੇ ਨਾ ਸੁਣਾਇਆ ਹੋਵੇ ਪਰਿਵਾਰ ਵੱਲੋਂ ਸੁਣਾਇਆ ਗਿਆ ਹੋਵੇ ਅਤੇ ਉਹ ਗਾਣਾ ਬਾਅਦ ਦੇ ਵਿੱਚ ਸੁਪਰ ਡੁਪਰ ਹਿੱਟ ਹੋ ਗਿਆ ਹੋਵੇ। ਗਾਣੇ ਤਾਂ ਸੱਤੀ ਇਹ ਚੱਕਰ ਆ ਵੀ ਪਰਿਵਾਰ ਦੇ ਨਾਲ ਹੀ ਸਹਿਮਤੀ ਹੁੰਦੀ, ਮੈਂ ਆਉਂਦਾ ਹੀ ਬਹੁਤ ਹਾਂ ਹੁਣ ਸਾਰੇ ਆਪਾਂ ਸਾਂਝੇ ਹੀ ਕਰਦੇ ਗਾਣੇ ਸਾਰੇ ਇਕੱਠੇ ਬੈਠੇ ਉਹਨੇ ਕਿਉਂਕਿ ਗਾਣੇ ਮਾਸੀ ਦੇ ਇੰਨੇ ਸੋਬਰ ਨੇ ਹੈ ਨਾ, ਆਪਾਂ ਸਾਰੇ ਡਿਸਕਸ ਕਰਦੇ ਹਾਂ ਉਹ ਗਾਣੇ ਨਾ। ਹੁਣ ਜਿਹੜਾ ਨਵਾਂ ਹੈ ਉਹ ਕਈ ਦਫ਼ਾ ਥੋੜ੍ਹਾ ਜਿਹਾ ਡਰਦੇ ਹੁੰਦੇ ਜਿਵੇਂ ਗੱਲ ਕਰਨੇ 'ਤੇ, ਨਹੀਂ ਤਾਂ ਬਾਕੀ। ਵੈਸੇ ਜੁੱਤੀ ਟੂ ਉਸ ਦਿਨ ਸਟੂਡੀਓ ਦੇ ਵਿੱਚ ਭਾਜੀ ਨੇ ਮੈਨੂੰ ਲਾਈਨਾਂ ਸੁਣਾਈਆਂ ਅਤੇ ਬਹੁਤ ਹੀ ਪਿਆਰਾ ਗਾਣਾ, ਬਹੁਤ ਹੀ ਪਿਆਰਾ ਅਤੇ ਉਹ ਸੁਪਰ ਡੁਪਰ ਹਿੱਟ ਹੋਊਗਾ ਗਾਣਾ, ਬਹੁਤ ਅੱਛਾ ਹੋਊ। ਜਿਵੇਂ ਜੁੱਤੀ ਚੂੰ ਚੂੰ ਕਰਦੀ ਆ ਹੁਣ ਤੱਕ ਚੱਲਦਾ ਆ ਰਿਹਾ ਨਾ, ਅਤੇ ਚੱਲਦਾ ਵੀ ਰਹਿਣਾ ਅਤੇ ਜੁੱਤੀ ਟੂ ਹੁਣ ਅੱਗੇ। ਮੈਂ ਤਾਂ ਉਹੀ ਕਹਿੰਦਾ ਵੀ ਜੁੱਤੀ ਜਿੰਨੀ ਜੁੱਤੀ ਦੀ ਪਹਿਲੀ ਜੁੱਤੀ ਦੀ ਲਾਈਫ ਬਣੀ ਨਾ ਸਾਡੀ, ਦੂਜੀ ਦੀ ਹੁੰਦੀ ਬਣਦੇ ਕੰਮ ਓਕੇ ਆ, ਬ੍ਰਾਂਡਾਂ ਨੂੰ ਫੇਲ ਕਰਨਾ। ਪਰ ਮਾਸੀ ਨੇ ਲਿਖਿਆ ਜਿਹੜਾ ਬਿਲਕੁਲ ਓਪੋਜਿਟ ਆ ਉਹਤੋਂ, ਤੇ ਮਤਲਬ ਜਿੱਥੋਂ ਚੀਜ਼ ਖਤਮ ਹੋਈ ਆ ਨਾ ਉੱਥੋਂ ਅੱਗੇ ਸ਼ੁਰੂ ਹੋ ਗਿਆ ਕੰਮ। ਮੈਨੂੰ ਇੱਦਾਂ ਲੱਗਦਾ ਵੀ ਜੁੱਤੀ ਇੱਥੇ ਤੱਕ ਲੈ ਕੇ ਗਈ ਮੈਨੂੰ ਤਾਂ ਜਿਹੜੀ ਅਗਲਾ ਵਰਜਨ ਆਉਂਦਾ ਤਾਂ ਉਹ ਹੋਰ ਡਬਲ ਲੈ ਕੇ ਜਾਊਗਾ। ਇੰਨਾ ਇੰਨਾ ਵਧੀਆ ਵਿੱਚੋਂ ਬਹੁਤ ਘੈਂਟ ਪਰੋਇਆ ਗਾਣਾ, ਉਹ ਮੁੱਖੜਾ ਬਹੁਤ ਕਮਾਲ ਲੱਗਦਾ। ਅਤੇ ਭਾਈ ਜੁੱਤੀ ਦੀ ਗੱਲ ਚੱਲ ਰਹੀ ਆ, ਆਪਾਂ ਜੁੱਤੀ ਦੀ ਦੋ ਲਾਈਨਾਂ ਸੁਣ ਲੈਂਦੇ ਹੈਨੇ। ਦਾਰਾ ਨੈਣ ਨਸ਼ੀਲੇ ਬਾਤਾਂ ਪਾਉਂਦੇ ਨੇ ਮੁਟਿਆਰ ਦੇ, ਬੁੱਲ ਗੁਲਾਬੀ ਕੂਲੇ ਪੱਤ ਕੱਚੀ ਕਚਨਾਰ ਦੇ, ਬੋਚ ਬੋਚ ਪੱਬ ਧਰੇ ਜੂੰ ਪਰੀ ਉਡਾਰੀ ਭਰਦੀ ਆ, ਉਹ ਜਦ ਤੁਰਦੀ ਮੜਕ ਦੇ ਨਾਲ ਬਈ ਜੁੱਤੀ ਚੂੰ ਚੂੰ ਕਰਦੀ ਆ, ਓਏ ਜੁੱਤੀ ਚੂੰ ਚੂੰ ਕਰਦੀ ਆ। ਥੋੜੇ ਕਦਮਾਂ ਚ ਸਟੇਜ ਦੇ ਦੌਰਾਨ ਦੀ ਕਦੇ ਜਿਵੇਂ ਹੁਣ ਸ਼ੋਅ ਦੇ ਉੱਪਰ ਕੈਨੇਡਾ ਡੇ ਦੇ ਉੱਤੇ ਵੀ ਤੁਸੀਂ ਹੈ ਨਾ ਇਕੱਠੇ ਸੀਗੇ ਹੈ ਨਾ ਸ਼ੋਅ ਦੇ, ਕੈਨੇਡਾ ਡੇ ਤੇ ਮੈਂ ਕਿਤੇ ਲੱਕੀ ਸੀਗੇ ਜੀ, ਮਾਸੀ ਫਿਰ ਤਾਂ ਕਰਕੇ ਥੋੜਾ ਜਿਹਾ ਆਈ ਨਹੀਂ ਉੱਥੇ, ਮੈਂ ਘਰੇ ਬੈਠ ਕੇ ਦੇਖਿਆ ਲਾਈਵ ਚੱਲਦਾ ਸੀ ਜੀ ਸਾਰਾ ਦੇਖਿਆ ਮੈਂ। ਆਪਾਂ ਜੇ ਅਦਰਵਾਈਜ਼ ਗੱਲ ਕਰੀਏ ਕਿ ਜਿਵੇਂ ਵਿਆਹਾਂ ਦੇ ਸ਼ੋਅਾਂ ਦੇ ਉੱਤੇ ਇਕੱਠੇ ਜਾਂਦੇ ਹੋ ਹੈ ਨਾ, ਤੇ 15 'ਚ ਅਸੀਂ ਮੋਗੇ ਸੀ, ਮੈਂ ਉੱਥੇ ਜ਼ਿਆਦਾ ਕੋਰਟ ਦੇ ਵਿੱਚ ਤੇ ਜਾਂ ਜੱਜ ਬੈਠੇ ਸੀ ਜਾਂ ਵਕੀਲ ਜ਼ਿਆਦਾ ਆਏ ਹੋਏ ਸੀ, ਵਿਆਹ ਇਸ ਤਰ੍ਹਾਂ ਦਾ ਸੀ ਭਾਣਜੇ ਦਾ। ਮੈਂ ਸੁਰਜੀਤ ਦੇ ਕੋਲ ਨੂੰ ਗਿਆ, ਮੈਂ ਸੁਰਜੀਤ ਉਹ ਪੁੱਤ ਲਾ ਦਿਓ ਫਲਾਣਾ ਗੀਤ, ਮੇਰੇ ਕਹਿਣ ਲੱਗੇ ਵੀ ਗੱਲ ਇਹ ਹੈ ਵੀ ਅਸੀਂ ਖੁੱਲ੍ਹੇ ਦਿਲ ਦੇ ਮਾਲਕ ਹੈ ਵੀ ਗੀਤ ਤਾਂ ਸਾਡਾ ਹੁੰਦਾ, ਲੋਕ ਉਹਨੂੰ ਆਪਣੇ ਆਪ ਬਣਾ ਕੇ ਸਾਡੇ 'ਤੇ ਕੇਸ ਕਰ ਦਿੰਦੇ, ਕਹਿੰਦੇ ਨੇ ਸਾਡੇ ਪਰ ਕੇਸ ਕਰ ਦਿੰਦੇ, ਚੋਰ ਸਾਲੇ ਸਾਨੂੰ ਬਣਾ ਦਿੰਦੇ, ਸਾਨੂੰ ਹੀ ਪ੍ਰੂਫ ਦੇਣਾ ਪੈਂਦਾ ਵੀ ਸਾਡਾ ਗਾਣਾ। ਸੌਰੀ ਮੇਰੇ ਤੋਂ ਸਾਲਾ ਨਿਕਲ ਗਿਆ। ਨਹੀਂ ਕੋਈ ਨਹੀਂ ਮਾਜ਼ੀ, ਨਕ ਤਾਂ ਚੱਲਦਾ ਪੰਜਾਬੀ ਦੀ ਲੈਂਗੁਏਜ, ਮਾਫ ਕਰ ਦਿਓ ਜੀ ਤੁਸੀਂ, ਅੱਜ ਕੱਲ੍ਹ ਫਿਲਮਾਂ 'ਚ ਆਮ ਹੋ ਗਿਆ ਇਹ ਗੀਤਾਂ 'ਚ ਆਮ ਹੋ ਗਿਆ। ਅਤੇ ਇਹ ਕਹਿਣ ਲੱਗੇ ਵੀ ਫਿਰ ਕਹਿੰਦੇ ਟਲਣਾ ਤਾਂ ਹੈ ਨਹੀਂ, ਉਹ ਗੀਤ ਅੱਜ ਤੱਕ ਨਹੀਂ ਆਇਆ, ਹੁਣ ਆਉਣ ਲੱਗਾ, ਹੁਣ ਆਉਣ ਲੱਗਾ। ਬਹੁਤ ਘੈਂਟ ਆਊਗੀ। ਕਿਹੜਾ ਗੀਤ ਕੀ ਟਾਈਟਲ? ਹੁਸਨ ਦਾ ਟਾ, ਜਿਹਦਾ ਤੁਸੀਂ ਹੁਸਨ ਸੁਣਿਆ ਸੀਗਾ ਜੀ, ਉਹਦਾ ਨੈਕਸਟ ਲੈਵਲ ਆਊਗੀ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਵਧੀਆ ਗੀਤ, ਕਿਆ ਬਾਤ ਹੈ। ਅਤੇ ਜਦੋਂ ਹੁਸਨ ਐਲਬਮ ਆਈ ਉਹਨੇ ਵੀ ਇੱਕ ਅਲੱਗ ਮਿਆਰ ਹੈ ਨਾ ਸੈੱਟ ਕੀਤਾ। ਮੈਂ ਉਹੀ ਕਹਿੰਦਾ ਵੀ ਜਦੋਂ ਓਪਨਿੰਗ ਮਾਸੀ ਦੇ ਜਿਹੜੇ ਵੀ ਗਾਣੇ ਤੋਂ ਹੋਈ ਹੈ, ਕਿੱਕਲੀ ਪਾ ਕੇ ਹੋਇਆ ਸੁਪਰ ਹਿੱਟ, ਸੁਪਰ ਹਿੱਟ ਹੋਇਆ। ਦੂਜੇ ਨੰਬਰ 'ਤੇ ਹੁਸਨ ਹੋਇਆ ਸੁਪਰ ਹਿੱਟ, ਉਹ 2005 ਦੇ ਵਿੱਚ ਐਲਬਮ ਆਈ ਤੇ ਪਹਿਲਾ ਗਾਣਾ ਚੱਲ ਨਿਕਲਿਆ ਸੁਪਰ ਹਿੱਟ ਜੀ। ਠੀਕ ਹੈ ਜੀ, ਇਹ ਮਤਲਬ ਮੈਂ ਤੁਹਾਨੂੰ ਦੱਸੀ ਜਾਂਦਾ ਵੀ ਬਸ ਜਿੱਦ ਇੱਧਰ ਪ੍ਰਵਾਨਗੀ ਜਦੋਂ ਹੁੰਦੀ ਹੈ ਨਾ ਉਹ ਬਸ ਸਿੱਖ ਸਿੱਖ ਰਿਹਾ ਕੰਮ। ਕਿਆ ਬਾਤ ਹੈ ਭਾਜੀ। ਅਤੇ ਹੁਸਨ 2005 ਦੇ ਵਿੱਚ ਆਈ ਅਤੇ 2023 ਚੱਲ ਰਿਹਾ ਅੱਜ ਵੀ ਉਸੇ ਤਰੀਕੇ ਦੇ ਨਾਲ, ਗੀਤ ਵੀ ਔਰ ਉਸੇ ਤਰ੍ਹਾਂ ਫਰੈਸ਼ ਹੈਗਾ ਹੈ ਨਾ, ਉਹਦੇ ਵਿੱਚ ਹਰ ਇੱਕ ਚੀਜ਼ ਜਿਹੜਾ ਕੰਬੀਨੇਸ਼ਨ ਹਰ ਇੱਕ ਚੀਜ਼ ਦਾ ਜਿਹੜਾ ਹੈਗਾ ਉਹ ਬਹੁਤ ਪਰਫੈਕਟ ਹੋਇਆ ਹੋਇਆ, ਬਹੁਤ ਅੱਛਾ। ਦੁਆ ਕਰੋ ਵੀ ਸਾਡਾ 23 ਦੇ ਵਿੱਚ ਕੋਈ ਗੀਤ ਆ ਜਾਵੇ ਅਤੇ ਆਪਾਂ ਫਿਰ ਉਹਦੇ ਬਹੁਤ ਜਲਦੀ ਜਿਹੜੇ ਭਾਜੀ ਗਾਣੇ ਦਾ ਗਾਣੇ ਤਾਂ ਮਾਸੀ ਆਣਗੇ, ਬਸ ਹਿੱਟ ਹੋ ਜਾਣ ਰੱਬ ਦੀ ਕਿਰਪਾ ਨਾਲ ਉਸੇ ਤਰੀਕੇ ਨਾਲ, ਉਹਦੇ ਤਰੀਕੇ ਨਾਲ ਤੂਤੀ ਜੀ ਬੋਲ ਜਾਵੇ। ਇਹ ਤਾਂ ਹੁਣ ਸੰਗਤ ਨੂੰ ਵੀ ਸਾਡੀ
ਉੱਪਰ ਜ਼ੋਰ ਇਹੀ ਅਪੀਲ ਹੈ ਵੀ ਸਾਡੇ ਗਾਣੇ ਨੂੰ ਤੁਸੀਂ ਜ਼ਰਾ ਧਿਆਨ ਦੇ ਨਾਲ ਸੁਣਿਓ ਅਤੇ ਤਾੜੀਆਂ ਮਾਰ ਮਾਰ ਕੇ ਉਹਦੀ ਹੌਸਲਾ ਅਫਜਾਈ ਵੀ ਸਾਨੂੰ ਦਾਦ ਵੀ ਦਿੰਦੇ ਰਹੋ ਤੁਹਾਡਾ ਹੌਸਲਾ ਹੀ ਸਾਨੂੰ ਜਿਵੇਂ ਲਲਕਾਰਾਂ ਮਾਰੇ ਅਤੇ ਜੱਟਾਂ ਦੇ ਵਰਦ ਪੁੱਛਾਂ ਚੱਕ ਲੈਂਦੇ ਹਾਂ ਸਾਡੇ ਗੀਤ ਵੀ ਤੁਹਾਡੇ ਥਾਪੜੇ ਦੇ ਨਾਲ ਪੁੱਛਾਂ ਚੱਕਦੇ ਹਾਂ ਸਹੀ ਗੱਲ ਜਦੋਂ ਪੂਛ ਚੱਕ ਲਈ ਫਿਰ ਮਾਰੀ ਤੇ ਪੁੱਛਾਂ ਤਾਂ ਇੰਨੀਆਂ ਚੱਕੀਆਂ ਹੋਈਆਂ ਨੇ ਕਿੱਕਲੀ ਪਾ ਕੇ ਰਲਣ ਦਿੰਦੇ ਹਾਂਜੀ ਕਿੱਕਲੀ ਹੋ ਗਿਆ ਜੁੱਤੀ ਚੋਂ ਚੋਂ ਹੋ ਗਿਆ ਹਾਂਜਾਂ ਜੱਟਾਂ ਦੇ ਪੁੱਤ ਹੋ ਗਿਆ ਮਤਲਬ ਹੁਸਨ ਇਹ ਗਾਣੇ ਅੱਜ ਤੱਕ ਵੀ ਤਿੰਨ ਤਿੰਨ ਵਾਰੀ ਲੋਕ ਸੁਣਦੇ ਨੇ ਅਜੇ ਤੱਕ ਵੀ ਮਤਲਬ ਫੋਰਐਵਰ ਨੇ ਮਤਲਬ ਨਵੇਂ ਨੇ ਅੱਜ ਵੀ ਗਾਣੇ ਇਹਨੇ ਪੁਰਾਣੇ ਨਹੀਂ ਹੋਣੇ ਵੀ ਨਹੀਂ ਪੁਰਾਣੇ ਹੁਣ ਮੈਨੂੰ ਯੂਕੇ ਤੋਂ ਇੰਨੇ ਬੰਦੇ ਆ ਉਹ ਮੈਨੂੰ ਕਹੀ ਜਾਣਗੇ ਰਾਈਟਸ ਮੇਰੇ ਕੋਲ ਹੈ ਨਹੀਂ ਕਿੱਕਲੀ ਪਾ ਕੇ ਅਤੇ ਭਾਅ ਜੀ ਦੁਬਾਰੇ ਡੱਬ ਕਰ ਦਿਉ ਅਸੀਂ ਮਿਊਜ਼ਿਕ ਕਰ ਦਿੰਦੇ ਦੁਬਾਰੇ ਗਾਣੇ ਦਾ ਮੈਂ ਕਿਹਾ ਹੁਣ ਗਾਣਾ ਪ੍ਰੋਪਰਟੀ HMB ਦੀ ਕੋਲ ਆਪਾਂ ਸਾਈਨ ਕਰਕੇ ਲਏ ਹੋਏ ਉਹਨਾਂ ਨੇ ਹੁਣ ਕਰ ਨਹੀਂ ਸਕਦੇ ਇੱਦਾਂ ਸੋ ਜੇ ਇੱਦਾਂ ਕਰ ਸਕਦੇ ਹੋਈਏ ਤਾਂ ਅਸੀਂ ਤਾਂ ਦੁਬਾਰੇ ਵੀ ਵਰਜ਼ਨ ਬਣਾ ਦਈਏ ਇਹਨਾਂ ਦਾ ਕਿੱਕਲੀ ਪਾ ਕੇ ਤਾਂ ਉਹ ਤਾਂ ਕਮਾਲ ਹੈ ਅਤੇ ਭਾਅ ਜੀ ਵੈਸੇ ਮੈਂ ਇੱਕ ਸਵਾਲ ਪੁੱਛੂੰਗਾ ਕਿਉਂਕਿ ਜਿਵੇਂ ਆਪਾਂ ਪਹਿਲਾਂ ਵੀ ਪਹਿਲੇ ਪਾਰਟ ਦੇ ਵਿੱਚ ਵੀ ਜ਼ਿਕਰ ਕੀਤਾ ਹੈ ਨਾ ਕਿ ਜਿੱਥੇ ਵੀ ਕਦੇ ਨਾਮ ਲਿਆ ਜਾਂਦਾ ਜਿੰਦਸਵਾੜਾ ਅਤੇ ਸੁਰਜੀਤ ਖਾਨ ਇਹ ਦੋਵੇਂ ਨਾਮ ਜਿਹੜੇ ਹੈਗੇ ਪੈਰਲਲ ਚੱਲਦੇ ਨੇ ਹੈ ਨਾ ਇਹ ਦੋਵੇਂ ਮਤਲਬ ਕਿ ਇਹ ਜਿਹੜਾ ਹੈਗਾ ਰਿਸ਼ਤਾ ਵੀ ਦੇਖਣ ਨੂੰ ਮਿਲਦਾ ਹੈ ਨਾ ਪਿਓ ਪੁੱਤ ਦਾ ਹੈ ਨਾ ਜੀ ਜੀ ਅਤੇ ਜੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਆਪਾਂ ਗੱਲ ਕਰੀਏ ਆਪਾਂ ਆਫ ਸਕਰੀਨ ਵੀ ਜੇ ਆਪਾਂ ਗੱਲ ਕਰਦੇ ਹਾਂ ਜਾਂ ਉੱਦਾਂ ਵੀ ਔਨ ਸਕਰੀਨ ਵੀ ਗੱਲ ਕਰਦੇ ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਬਹੁਤ ਕੁਛ ਇੱਥੇ ਨੈਗੇਟਿਵਿਟੀ ਵੀ ਬਹੁਤ ਹੈ ਜਿੱਥੇ ਹੈ ਨਾ ਇੱਕ ਸਟਾਰਡਮ ਜਿਹੜਾ ਹੈਗਾ ਅਤੇ ਜਦੋਂ ਵੀ ਕਦੇ ਕੋਈ ਸਕਸੈਸਫੁਲ ਜੋੜੀ ਹੁੰਦੀ ਹੈ ਨਾ ਭਾਵੇਂ ਉਹ ਕਿਸੇ ਰਾਈਟਰ ਗਾਇਕ ਦੀ ਹੋਵੇ ਹੈ ਨਾ ਜਾਂ ਕੋਈ ਡਿਵਿਡ ਜੋੜੀ ਹੋਵੇ ਜਾਂ ਕੋਈ ਵੀ ਐਸਾ ਤਾਂ ਉਹਦੇ ਵਿੱਚ ਕੁਛ ਨਾ ਕੁਛ ਕਈ ਵਾਰ ਹੁੰਦੇ ਜਿਹੜੇ ਦੂਜੇ ਬੰਦੇ ਹੁੰਦੇ ਨੈਗੇਟਿਵਿਟੀ ਫੈਲਾਉਣ ਵਾਲੇ ਹੈ ਨਾ ਲੱਤਾਂ ਖਿੱਚਣ ਵਾਲੇ ਕਹਿ ਲਓ ਜਾਂ ਕੁਛ ਨਾ ਕੁਛ ਮਾੜਾ ਕਹਿਣ ਵਾਲੇ ਤਾਂ ਉਹ ਕਦੇ ਇੱਦਾਂ ਦਾ ਹੋਇਆ ਕਿ ਕਿਸੇ ਨੇ ਕੁਛ ਕਰਿਆ ਹੋਵੇ ਕੋਸ਼ਿਸ਼ ਕਿ ਮਤਲਬ ਜੀ ਸੁਰਜੀਤ ਖਾਨ ਭਾਅ ਜੀ ਬਾਰੇ ਕੋਈ ਗੱਲ ਕਰੀ ਹੋਵੇ ਜਾਂ ਤੁਹਾਡੇ ਨਾਲ ਕਦੇ ਗੱਲ ਕਰੀ ਅਸੀਂ ਗੱਲਾਂ 'ਚ ਆਉਂਦੇ ਨਹੀਂ ਲੋਕਾਂ ਆਉਂਦੇ ਨਹੀਂ ਅਸੀਂ ਗੱਲਾਂ 'ਚ ਹੀ ਨਹੀਂ ਆਉਂਦੇ ਮਾਸਟਰੀ ਵਰਗ ਦਾ ਇਨਸਾਨ ਹੋ ਹੀ ਨਹੀਂ ਸਕਦਾ ਕੋਈ ਨਾਲੇ ਹੋਰ ਆ ਪੁੱਤ ਅਗਲਾ ਕਹਿੰਦਾ ਵੀ ਇਹਨਾਂ ਨੂੰ ਕਹਿ ਕੇ ਪੰਗਾ ਪੈਣ ਵਾਲੀ ਉਹ ਗੱਲ ਹੈ ਹੈ ਨਾ ਵੀ ਮੇਰੇ ਸਿਰੇ ਪੈ ਜਾਣਗੇ ਕਹਿੰਦੇ ਨਹੀਂ ਕੋਈ ਨਾਲੇ ਅਸੀਂ ਸਾਡੀ ਕੋਈ ਗੱਲ ਇਸ ਤਰ੍ਹਾਂ ਦੀ ਹੈ ਹੀ ਨਹੀਂ ਕਿਉਂਕਿ ਮੈਂ ਬਹੁਤ ਸਾਰੇ ਐਸੇ ਰਿਸ਼ਤਾ ਗਾਣਿਆਂ ਤੋਂ ਬਹੁਤ ਵੱਡਾ ਔਰ ਗਾਣਿਆਂ ਦੇ ਨਾਲ ਹੋਰ ਵੱਡਾ ਸੋ ਇਹ ਚੀਜ਼ਾਂ ਬਹੁਤ ਵੱਡੀਆਂ ਨੇ ਹੋਰ ਵੀ ਆ ਜਿੱਦਾਂ ਨਵੇਂ ਮੁੰਡਿਆਂ ਦੀ ਮੈਂ ਬਹੁਤ ਸਾਰੇ ਰਿਸ਼ਤੇ ਤਾਂ ਪੁੱਤ ਸੰਭਾਲਣੇ ਪੈਂਦੇ ਆ ਰਿਸ਼ਤੇ ਐਵੇਂ ਨਹੀਂ ਬਣਦੇ ਰਿਸ਼ਤਿਆਂ ਦੀ ਸੰਭਾਲ ਕਰਨੀ ਪੈਂਦੀ ਹੈ ਅਤੇ ਭਾਅ ਜੀ ਕਦੇ ਇੱਦਾਂ ਹੋਇਆ ਕਿ ਕੋਈ ਗਾਣਾ ਹੈਗਾ ਕਿ ਕਿਸੇ ਹੋਰ ਦੀ ਆਵਾਜ਼ 'ਚ ਰਿਕਾਰਡ ਕਰਵਾਇਆ ਹੋਵੇ ਅਤੇ ਤੁਸੀਂ ਬਾਅਦ ਸ਼ਿਕਾਇਤ ਕਰੀ ਹੋ ਮਾਸਟਰ ਜੀ ਇਹ ਗਾਣਾ ਸੁਣਾਇਆ ਨਹੀਂ ਮੈਨੂੰ ਨਹੀਂ ਇਹ ਗਾਣਾ ਇੱਦਾਂ ਸ਼ਿਕਾਇਤ ਨਹੀਂ ਕੀਤੀ ਕਦੇ ਵੀ ਪਰ ਇੱਕ ਗਾਣਾ ਸੀਗਾ ਜਦੋਂ ਹੁਸਨ ਰਿਕਾਰਡ ਕੀਤਾ ਸੀਗਾ ਅਸੀਂ ਰਾਤਾਂ ਕਾਲੀਆਂ ਜਦੋਂ ਮਾਸੀ ਦਾ ਗਾਣਾ ਕੀਤਾ ਸੀਗੇ ਦਿੱਲੀ ਰਿਕਾਰਡਿੰਗ ਕਰੀ ਜਾਂਦੇ ਸਚਿਨ ਊਜਾ ਜੀ ਨਾਲ ਅਤੇ ਜਦੋਂ ਅਸੀਂ ਉੱਥੇ ਟੇਪ ਕੀਤੀ ਜਾ ਕੇ ਮਾਸੀ ਮੈਂ ਕਿਹਾ ਮਾਸੀ ਗਾਣਾ ਮਾਸੀ ਨੇ ਸੁਣਾ ਵੀ ਤੋਰ ਉਹਦੀ ਨੂੰ ਵੇਖ ਕੇ ਮੋਰ ਸਲਾਮਾਂ ਕਰਦੇ ਨੇ ਮੈਂ ਕਿਹਾ ਮਾਸੀ ਤਾਂ ਗਾਣਾ ਵਧੀਆ ਕਹਿੰਦੇ ਤਾਂ ਫਲਾਣੇ ਬੰਦੇ ਨੂੰ ਦਿੱਤਾ ਹੋਇਆ ਪਰ ਉਹਨੇ 4-5 ਮਹੀਨੇ ਹੋ ਗਏ ਕੱਢਿਆ ਨਹੀਂ ਮੈਂ ਮਾਸਟਰ ਜੀ ਉਹਨੇ ਫੋਨ ਕਰ ਰਿਕਾਰਡ ਨਹੀਂ ਕੀਤਾ ਜਦੇ ਫੋਨ ਕੀਤਾ ਕਦੇ ਰਿਕਾਰਡ ਨਹੀਂ ਕੀਤਾ ਮੈਂ ਉਹਨੂੰ ਕਹਿੰਦਾ ਵੀ ਕਰਨਾ ਨਹੀਂ ਵੀ ਅਸੀਂ ਕਰਨਾ ਉਹ ਜਦੇ ਮੈਂ ਸੁਖਪਾਲ ਸੁੱਖ ਦੇ ਮਿਊਜ਼ਿਕ ਰਿਕਾਰਡ ਕਰ ਲਿਆ ਤੁਹਾਡੇ ਸਾਹਮਣੇ ਆਉਣ ਹੁਸਨ ਉਹ ਹੁਸਨ ਹੈ ਜੀ ਸੁਪਰ ਹਿੱਟ ਹੋ ਗਿਆ ਬਿਲਕੁਲ ਭਾਈ ਅਤੇ ਹੁਸਨ ਦੀਆਂ ਫਿਰ ਗੱਲ ਛੇੜੀ ਹੈ ਕਿਉਂਕਿ ਤੁਸੀਂ ਕਿਹਾ ਕਿ ਗਾਣੇ ਜਿਹੜੇ ਹੈਗੇ ਮੈਂ ਜ਼ਿਆਦਾਤਰ ਸੁਣਾਊਂਗਾ ਅਤੇ ਹੁਸਨ ਦੀਆਂ ਦੋ ਲਾਈਨਾਂ ਸੁਣਦੇ ਹਾਂ ਕਿਉਂਕਿ ਜਿਹੜਾ ਮਾਹੌਲ ਹੈ ਇੰਟਰਵਿਊ ਦਾ ਉਹ ਵੀ ਬਣਿਆ ਰਹੂਗਾ ਨਾਲ ਨਾਲ ਤੋਰੀ ਉਹਦੀ ਨੂੰ ਵੇਖ ਕੇ ਮੋਰ ਸਲਾਮਾਂ ਕਰਦੇ ਨੇ ਸੋਚਾਂ ਵਿੱਚ ਡੁੱਬ ਡੁੱਬ ਮਰਦੇ ਨੇ ਉੱਡਦੇ ਪੰਛੀ ਸੋਹਣੀ ਵੇਖ ਕੇ ਗੱਲਾਂ ਕਰਦੇ ਨੇ ਨਾ ਲੱਗ ਜਾਏ ਨਜ਼ਰੋਂ ਡਰਦੇ ਨੇ ਉਹ ਬਦਲੀ ਵੇਖ ਕੇ ਰੰਗ ਵਟਾਉਂਦੀ ਫੁੱਲ ਫੁਲਕਾਰੀ ਦਾ ਕੌਣ ਬਣੂਗਾ ਮਾਲਕ ਇਸ ਹੁਸਨ ਪਟਾਰੀ ਦਾ ਫੁੱਲਾਂ ਦੀ ਖਿੜੀ ਕਿਆਰੀ ਦਾ ਕੌਣ ਬਣੂਗਾ ਮਾਲਕ ਇਸ ਹੁਸਨ ਪਟਾਰੀ ਦਾ 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 ਹੋ ਕੀ ਬਾਤ ਹੈ ਬਹੁਤ ਮਜ਼ਾ ਬਹੁਤ ਮਜ਼ਾ ਨਜ਼ਾਰਾ ਆ ਗਿਆ ਅੱਜ ਇੰਟਰਵਿਊ ਦਾ ਵੀ ਗੱਲਾਂ ਬਾਤਾਂ ਦਾ ਵੀ ਅਤੇ ਗੀਤਾਂ ਦਾ ਵੀ ਸਤਿ ਥੈਂਕ ਯੂ ਅਤੇ ਮਾਸਟਰ ਜੀ ਜਿਵੇਂ ਗਾਣੇ ਦੀ ਜਿਹੜੀਆਂ ਕੰਪੋਜੀਸ਼ਨਸ ਹੁੰਦੀਆਂ ਉਹ ਤੁਸੀਂ ਖੁਦ ਹੀ ਬਣਾਉਂਦੇ ਹੋ ਜਾਂ ਬਾਅਦ ਦੇ ਵਿੱਚ ਚੇਂਜ ਹੁੰਦਾ ਉਹਨਾਂ ਦੇ ਵਿੱਚ ਦੇਖੋ ਪੁੱਤ ਜੀ ਗੱਲ ਇਹ ਹੈ ਵੀ ਜਿਵੇਂ ਲਿਖਤਾਂ ਹੁਣ ਸਮਝੋ ਜਦੋਂ ਬਣਾਉਂਦੇ ਤਾਂ ਕੰਪੋਜੀਸ਼ਨ ਇਹੀ ਹੈ ਪਰ ਜਿਵੇਂ ਮੈਂ ਗੁਣਗੁਣਾਉਂਦਾ ਮੈਂ ਇਹਦਾ ਮਤਲਬ ਮੈਂ ਵੀ ਤਾਂ ਉਸ ਤਰ੍ਹਾਂ ਹੀ ਗੁਣਗੁਣਾਉਂਦਾ ਹੋਊਗਾ ਤੋਰੀ ਉਹਦੀ ਨੂੰ ਵੇਖ ਹੁਣ ਤਾਂ ਐਵੇਂ ਨਾ ਕਹਿ ਦਿਓ ਵੀ ਕਾਪੀ ਲੱਗ ਗਿਆ ਕਰਦਾ ਮੈਂ ਨਾ ਮੇਰੇ ਕੁਦਰਤੀ ਇੱਕ ਚਲੋ ਉਹ ਤਾਂ ਗਾਣਾ ਜੇ ਰਿਕਾਰਡ ਨਹੀਂ ਹੋਇਆ ਮਨ ਦੀ ਖੱਡੀ ਦੇ ਉੱਤੇ ਸੁਪਨੇ ਰੰਗੀ ਲੜੇ
सुने अज कल बुनदी जिंद सवाड़ा गीतां दा ए बनजारा जी दा हर गीत नीज नाल सुनदी सुने आए खान विच पा लिया बचोला जिहड़ा तिंदा ए खबर पल पल दी बक्की नूं पल पा के तुरना जुत्ती खल दी मरोड़ा नहीं चल दी बक्की नूं पल पा के तुरना। हुण जणी मैं टुटी फुटी जी उहदे च कर दिंदा देखो एनर्जी भाजी देखो तुहाडे तुहाडे बैण दे नाल उहनां ने खुद वी गीत सुणाया नाल वेव्स आ गईआं ना नाल नाल। हांजी हुण मैं पुत तां नहीं बण सकदा बाप पुत तां नहीं बण सकदा पर जणी थोड़े जिहा उसका काबिल हो जाता थोड़ा थोड़ा जी। तो मास्टर जी जिवें हुण आपां बहुत सारियां जिहड़ियां गल्लां होर इंडस्ट्री बारे गीतां बारे कीतियां ते जे परिवार दे विच कहो है ना परिवार दियां थोड़े जिहा तुसीं जिक्र फादर साहब दा कीता परिवार दे विच सब तों वध सपोर्ट किहदी हैगी है गीतकारी दे विच। गीतकारी दे विच तां जिहड़ा मेरा जीवन साथी है मेरे नाल ही रहिंदा 24 घंटे जरूर आपां नाल बुला के उहनां दे नाल गल्लां बातां करांगे ते उहनां दे दिल दियां गल्लां वी जिहड़ियां हैगियां ਉਹ ਵੀ ਆਪਾਂ ਜਾਣਾਂਗੇ। ਸਤੀ ਮਾਤਾ ਜੀ ਨੂੰ ਬੁਲਾ ਲਈਏ ਫਿਰ। ਬਿਲਕੁਲ ਭਾਜੀ ਮਾਤਾ ਜੀ ਤੁਸੀਂ ਆ ਜਾਓ ਮੈਂ ਸਤੀ ਨਾਲ ਰਹਿਣਾ ਆ ਜਾਓ। ਬਿਲਕੁਲ ਬਿਲਕੁਲ ਸੋ ਆਓ ਹੁਣ ਸਵਾਗਤ ਕਰਦੇ ਹਾਂ ਜੀ ਜਿੰਦ ਸਵਾੜਾ ਜੀ ਦੀ ਧਰਮ ਪਤਨੀ ਮਨਦੀਪ ਕੌਰ ਸਵਾੜਾ ਜੀ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਸਿਹਤ ਠੀਕ ਠਾਕ ਜੀ? ਬਹੁਤ ਵਧੀਆ ਤੁਸੀਂ ਠੀਕ ਠਾਕ? ਲਓ ਜੀ ਹੁਣ ਆਊਗਾ ਭਾਜੀ ਮਜ਼ਾ ਹੈ ਨਾ ਇੰਟਰਵਿਊ 'ਚ ਕਿਉਂਕਿ ਪੂਰਾ ਪਰਿਵਾਰ ਜਿਹੜਾ ਹੈਗਾ ਅੱਜ ਇੱਕ ਫਰੇਮ ਦੇ ਵਿੱਚ ਇਕੱਠਾ ਹੋ ਗਿਆ ਹੈ ਨਾ। ਬਸ ਬੇਟੇ ਰਹਿ ਗਏ ਉਹ ਮਤਲਬ ਕੈਨੇਡਾ ਨੇ ਹੈ ਨਾ ਜਿਸ ਕਰਕੇ ਇੱਕ ਇੱਥੇ ਹੈਗਾ ਸਾਰਾ ਪਰਿਵਾਰ ਜ਼ਰੂਰ ਦਿਖਾਵਾਂਗੇ ਜਿੰਨਾ ਇਸ ਟਾਈਮ ਮੌਜੂਦ ਹੈਗਾ ਇੱਥੇ। ਸਿਹਤ ਠੀਕ ਹੈ ਜੀ? ਠੀਕ ਹੈ ਜੀ। ਲਾਈਫ ਕਿਵੇਂ ਚੱਲ ਰਹੀ ਹੈ? ਬਹੁਤ ਵਧੀਆ ਜੀ ਪਰਮਾਤਮਾ ਦੀ ਕਿਰਪਾ। ਕਿੰਨੇ ਸਾਲ ਹੋ ਗਏ ਦੋਵਾਂ ਨੂੰ ਇਕੱਠਿਆਂ ਵਿਆਹ ਕੇ ਇਸ ਘਰ ਦੇ ਵਿੱਚ ਤੁਹਾਨੂੰ ਆਇਆਂ ਨੂੰ ਕਿੰਨੇ ਸਾਲ ਹੋ ਗਏ? ਸਾਡੇ ਤਕਰੀਬਨ ਜੀ 48 ਸਾਲ ਹੋ ਗਏ। 48 ਸਾਲ ਹੋ ਗਏ। ਪਹਿਲੀ ਫਰਵਰੀ ਨੂੰ ਐਨਵਰਸਰੀ ਇਹ ਕਹਿਣ ਲੱਗੇ ਵੀ ਅੱਜ ਤੁਸੀਂ ਕੁਛ ਲਿਖੋ ਤਾਂ ਕਿਹਾ ਕਿਹਾ ਕਿ ਪਿੱਛੇ ਤੇ ਤੁਸੀਂ ਯਾਦ ਕਰੋ ਮਾਸੀ ਤੁਸੀਂ ਮੇਰੇ ਲਈ ਲਿਖਿਆ ਤੁਸੀਂ ਯਾਦ ਕਰੋ ਮੈਂ ਲਿਖਿਆ ਤੇ ਉਹ ਇਹ ਡੈਡੀਕੇਟ ਕਰਨਾ ਤੁਸੀਂ ਉਹੀ ਤਾਂ ਗੱਲ ਆ ਮਾਤਾ ਨੂੰ ਨਾ ਫਸਾਓ ਨਾ ਤੁਸੀਂ ਸਾਡੀ ਤੁਸੀਂ ਆਪ ਲਿਖਿਆ ਚੰਦ ਮੈਂ ਤੂੰ ਮੇਰੀ ਚਕੋਰ ਹਾਂ ਤੇ ਜੱਟੀਏ ਨਹੀਂ ਜੱਟੀਏ ਉਡਣੇ ਪਤੰਗ ਦੀ ਉਡਣੇ ਪਤੰਗ ਦੀ ਤੂੰ ਡੋਰ ਨਹੀਂ ਜੱਟੀਏ ਉਡਣੇ ਪਤੰਗ ਦੀ ਤੂੰ ਡੋਰ। ਬਹੁਤ ਸੋਹਣਾ ਸੀਗਾ ਜੀ। ਅਤੇ ਜਦੋਂ ਤੁਸੀਂ ਇਸ ਘਰ ਦੇ ਵਿੱਚ ਵਿਆਹ ਕੇ ਆਏ ਸੀ ਅਤੇ ਉਦੋਂ ਮਾਹੌਲ ਕਿਵੇਂ ਦਾ ਸੀਗਾ ਅਤੇ ਉਦੋਂ ਵੀ ਮਤਲਬ ਲਿਖਣ ਦਾ ਸ਼ੌਂਕ ਸੀਗਾ ਅਤੇ ਕਿਸ ਤਰ੍ਹਾਂ ਫਿਰ ਜਿਹੜੀ ਲਾਈਫ ਹੈਗੀ ਆ ਉਹ ਚੱਲਦੀ ਰਹੀ? ਪਹਿਲਾਂ ਤਾਂ ਸੱਤੀ ਜਿਹੜੀ ਲਾਈਫ ਤੀ ਉਹ ਹੋਰ ਕਿਵੇਂ ਦਿੱਤੀ ਵੀ ਪਹਿਲੇ ਬਜ਼ੁਰਗਾਂ ਦੇ ਨਾਲ ਹੈ ਨਾ, ਪਰ ਫਿਰ ਵੀ ਸਾਨੂੰ ਇੱਥੇ ਆ ਕੇ ਇੰਨਾ ਨਹੀਂ ਲੱਗਿਆ ਹੈਗਾ ਵੀ ਜਿਵੇਂ ਪਹਿਲਾਂ ਕਹਿ ਦਿਉ ਵੀ ਕਾਫੀ ਮਤਲਬ ਆਹ ਨਹੀਂ ਕਰਨਾ ਆਹ ਨਹੀਂ ਹੈ ਨਾ। ਸਾਡੇ ਜਿਹੜੇ ਮਦਰ ਅਤੇ ਮਤਲਬ ਬੀ ਜੀ ਬਾਪੂ ਜੀ ਮਤਲਬ ਸਾਰੀ ਸਾਰੇ ਫੈਮਿਲੀ ਬਾਪੂ ਜੀ ਨਹੀਂ 7 ਭਰਾ ਸੀ ਸਾਰੇ ਇਕੱਠੇ ਸੀਗੇ ਬਹੁਤ ਵੱਡੀ ਫੈਮਿਲੀ ਸੀ, ਪਰ ਸਾਨੂੰ ਇੱਦਾਂ ਨਹੀਂ ਲੱਗਿਆ ਵੀ ਅਸੀਂ ਸਹੁਰੇ ਘਰ ਆਏ ਹਾਂ ਜੀ। ਐਂ ਹੁੰਦਾ ਤਾਂ ਵੀ ਪੇਕਿਆਂ ਤੋਂ ਆ ਕੇ ਉੱਠ ਕੇ ਇੱਥੇ ਆ ਗਏ, ਕੋਈ ਰੋਕ ਕੋਈ ਟੋਕ ਇੱਦਾਂ ਹੈ ਨਹੀਂ ਸੀ। ਮੇਰੇ ਫਾਦਰ ਦੀ ਮਤਲਬ ਡੈਥ ਹੋ ਗਈ ਸੀ, ਪਰ ਇੱਥੇ ਆ ਕੇ ਮੈਨੂੰ ਉਹ ਪਿਆਰ ਮਿਲਿਆ ਵੀ ਮੈਂ ਸੋਚਦੀ ਹਾਂ ਵੀ ਜਿਹੜਾ ਹੁਣ ਮਿਲਿਆ ਜੇ ਜੇ ਅੱਗੇ ਵਾਰੀ ਵੀ ਜਨਮ ਲਵੇ ਤਾਂ ਉਹੀ ਮੰਮੀ ਡੈਡੀ ਹੋਣ, ਇਹੀ ਪਤੀ ਦੇਵਤਾ ਹੋਣ। ਕੀ ਖੂਬਸੂਰਤ ਗੱਲ ਹੈ ਨੇ। ਹਾਂਜੀ ਜੀ। ਅਸੀਂ ਹੁਣ ਕੈਨੇਡਾ ਤੋਂ ਜਦੋਂ ਆਏ ਪੁੱਤ ਜੀ ਦੇ ਨਾਲ ਸਰਜੀਤ ਨਾਲ, ਤਾਂ ਬੀ ਜੀ ਸਾਡੇ 19 'ਚ ਚਲੇ ਗਏ, ਪਰ ਅਸੀਂ ਆਏ ਤਾਂ ਉਹਨਾਂ ਦਾ ਇੱਥੇ ਬੈੱਡ ਹੁੰਦਾ ਸੀ ਜੀ। ਪਰ ਜਦ ਆਏ ਮੈਨੂੰ ਇੱਦਾਂ ਲੱਗੇ ਨਾ ਵੀ ਸਾਡੀ ਕੋਈ ਆ ਕੇ ਘਰ 'ਚ ਕੁਛ ਖੋ ਗਿਆ ਹੁੰਦਾ, ਪਰ ਦਿਲ ਨਹੀਂ ਲੱਗਿਆ ਆ ਕੇ। ਹੁਣ ਵੀ ਨਹੀਂ ਸਾਡਾ ਲੱਗਦਾ ਉਹਨਾਂ ਬਿਨਾਂ ਦਿਲ ਜੀ। ਵੀ ਪਤਾ ਨਹੀਂ ਹੁਣ ਦੇ ਬੱਚੇ ਕਿਵੇਂ ਦੇ ਆ, ਪਰ ਅਸੀਂ ਨਹੀਂ ਰਹਿ ਸਕਦੇ ਜੀ। ਆਉਂਦੇ ਪੁੱਤ ਜੀ ਅਸੀਂ ਇਹੀ ਗੱਲਾਂ ਚੱਲਦੀਆਂ ਵੀ ਬਜ਼ੁਰਗਾਂ ਦੇ ਦੇਣ ਉਹਦੇ ਆਸ਼ੀਰਵਾਦ ਤੱਕ ਅਸੀਂ ਕਿੱਥੇ ਤੱਕ ਪਹੁੰਚਦੇ ਹਾਂ। ਬਿਲਕੁਲ ਜੀ ਬਿਲਕੁਲ। ਅਤੇ ਮਾਸਟਰ ਜੀ ਨੇ ਜਦੋਂ ਵੀ ਗਾਣਾ ਲਿਖਦੇ ਨੇ ਹੈ ਨਾ ਤੁਹਾਨੂੰ ਸਭ ਤੋਂ ਪਹਿਲਾਂ ਸੁਣਾਉਂਦੇ ਨੇ ਹੈ ਨਾ, ਕਦੇ ਇਹ ਹੋਇਆ ਕਿ ਆਹ ਗਾਣਾ ਤੁਸੀਂ ਉਸ ਸਿੰਗਰ ਨੂੰ ਦਿਓ? ਦੇਖੋ ਸੱਤੀ ਭਾਈ ਹੁੰਦਾ ਤਾਂ ਹੈਗਾ ਵੀ ਚਲੋ ਜਿਵੇਂ ਡਿਊਟ ਲਿਖਦੇ ਹਾਂ ਲੋਕ ਤੱਤ ਲਿਖਦੇ ਹਾਂ ਹੈ ਨਾ, ਪਰ ਉਹਨਾਂ ਵਿੱਚੋਂ ਜਿਹੜੇ ਜ਼ਿਆਦਾ ਗਾਣੇ ਹੁੰਦੇ ਮੈਂ ਵੀ ਕਹਿ ਦਿੰਦੀ ਹਾਂ ਵੀ ਆਹ ਲਿਖਿਆ ਆਹ ਤਾਂ ਪੁੱਤ ਜੀ ਦੇ ਹਿੱਸੇ ਆਉਣਾ ਹੈ ਨਾ ਵੀ ਇਹ ਲੱਗਦਾ। ਪਰ ਜਿਵੇਂ ਹੁਣ ਡਿਊਟ ਲਿਖਦੇ ਹਾਂ ਹੁਣ ਕਈ ਜੋੜੀਆਂ ਜਿਵੇਂ ਭੁਪਿੰਦਰ ਗਿੱਲ ਹੋ ਗਿਆ ਕੁਲਵੰਤ ਭਾਜੀ ਉਹਨੇ ਹੋ ਗਏ ਹੈ ਨਾ, ਹੋਰ ਸਾਰੇ ਆ ਹੁਣ ਕਈਆਂ ਦੇ ਤਾਂ ਨਾਂ ਵੀ ਨਹੀਂ ਦਿਮਾਗ 'ਚ ਰਹਿੰਦੇ ਵੀ ਇੰਨੀ ਦੇਰ ਹੋ ਗਈ ਆਉਂਦੇ ਆ, ਨਵੇਂ ਮੁੰਡੇ ਆ ਪੁਰਾਣੇ ਆ ਚਲੇ ਜਾਂਦੇ ਆ ਹੈ ਨਾ, ਪਰ ਜੋ ਲਿਖਦੇ ਹਾਂ ਪਰ ਮੈਨੂੰ ਤਾਂ ਲੱਗਦਾ ਇਹ ਸੁਰਜੀਤ ਲਈ ਉਹ ਆ ਵੀ ਜੋ ਲਿਖਿਆ ਅਸੀਂ ਬੈਠੇ ਹੁੰਦੇ ਹਾਂ ਗੱਲਾਂ ਕਰਦੇ ਹਾਂ ਹੁਣ ਸਾਡੇ ਆਇਆਂ ਨੂੰ ਜਾਂ ਮਹੀਨਾ ਲੱਗ ਗਿਆ
ਪਰ ਮੈਂ ਫੋਨ ਕਰਦਾ ਨਹੀਂ, ਪੁੱਤ ਜੀ ਤੁਸੀਂ ਕਿੱਥੇ ਆ, ਆ ਜਾਓ। ਪਰ ਸਾਡੀ ਇਹੀ ਗੱਲਾਂ ਚੱਲਦੀਆਂ ਹੁੰਦੀਆਂ ਜੀ, ਜਦ ਆਉਂਦੇ ਸਾਡਾ ਵਧੀਆ ਟਾਈਮ ਪਾਸ ਨਿਕਲ ਜਾਂਦਾ। ਹੁਣ ਬੱਚੇ ਆ ਗਏ ਆ, ਹੁਣ ਛੋਟਾ ਆ, ਵੱਡੇ ਨੇ ਆ ਜਾਣਾ ਜੀ। ਅਤੇ ਮਾਸਟਰ ਜੀ, ਜਿਵੇਂ ਹੈ ਨਾ ਇੱਕ ਸਮਾਂ ਜਿਹੜਾ ਹੈਗਾ ਇੱਕ ਪੀਕ ਵਾਲਾ ਹੁੰਦਾ ਕਿ ਜਦੋਂ ਆਰਟਿਸਟ ਵੀ ਹੈ ਨਾ ਭਾਅ ਜੀ ਕਿ ਜਦੋਂ ਗਾਣੇ 'ਤੇ ਗਾਣਾ ਹਿੱਟ ਹੁੰਦਾ ਹੋ ਰਿਹਾ ਹੁੰਦਾ ਹੈ ਨਾ, ਅਤੇ ਉਦੋਂ ਆਰਟਿਸਟ ਵੀ ਘਰ ਆਉਂਦੇ ਹੁੰਦੇ ਹੈ ਨਾ, ਬਹੁਤ ਜ਼ਿਆਦਾ ਉਰੇ ਤੰਤਾ ਲੱਗਿਆ ਰਹਿੰਦਾ। ਜਿਵੇਂ ਕਿ ਆਪਾਂ ਪਹਿਲਾਂ ਆਫ ਸਕਰੀਨ ਵੀ ਗੱਲਾਂ ਕਰ ਰਹੇ ਸੀਗੇ ਕਿ ਕਦੇ ਕੋਈ ਆਰਟਿਸਟ ਕਦੇ ਕੋਈ ਆਰਟਿਸਟ ਹੈ ਨਾ, ਕਿ ਸਾਡੇ ਜਿਹੜੇ ਉਰੇ ਘਰ ਦੇ ਵਿੱਚ ਰੱਖਿਆ ਵੀ ਹੋਇਆ ਸੀ ਇੱਕ ਬੰਦਾ ਹੈ ਨਾ ਸਰਵੈਂਟ, ਅਤੇ ਉਹ ਵੀ ਕਹਿੰਦਾ ਰਹਿੰਦਾ ਸੀਗਾ ਕਿ ਸਰਦਾਰ ਜੀ ਆਜ ਉਹ ਆਇਆ ਹੈ, ਗਾੜੀ ਗੜੀ ਹੈ। ਸੋ ਥੋੜ੍ਹੀ ਜਿਹੀ ਪਲ ਸ਼ੇਅਰ ਕਰੋਗੇ? ਉਹ ਤਾਂ ਬਹੁਤ ਹੀ ਚਲੋ ਸਾਡੇ ਭਾਅ ਤਾਂ ਹੁਣ ਵੀ ਸਾਨੂੰ ਚੰਗਾ ਲੱਗਦਾ ਵੀ ਕੋਈ ਆਵੇ ਹੈ ਨਾ, ਜਾਂ ਮਤਲਬ ਘੰਟੀ ਵਿੱਚ ਹੀ ਨਿਸਦਾ। ਪਰ ਅਜੇ ਹੁਣ ਪਤਾ ਨਹੀਂ ਨਾ ਲੱਗਦਾ ਵੀ ਹੁਣ ਮਾਸੀ ਦੇ ਦਿਨ ਲੱਗਦਾ ਵੀ ਸ਼ਾਇਦ ਬਾਹਰ ਰਹਿਣ ਲੱਗੇ, ਇਸ ਕਰਕੇ ਨਹੀਂ ਤਾਂ ਉਹਦੇ ਲਾਈਨਾਂ ਲੱਗੀਆਂ ਰਹਿੰਦੀ ਸੀ ਪਹਿਲਾਂ। ਆਪਣੇ ਵਧੀਆ ਮਤਲਬ ਚੱਲਦਾ ਸੀ ਯਾਰ, ਪੁੱਤ ਸਾਨੂੰ ਤਾਂ ਚਾਅ ਚੜ੍ਹਦਾ ਸੀ। ਇਹ ਮੈਨੂੰ ਇੱਕ ਦੋ ਦਫ਼ਾ ਇਹ ਤਾਂ ਕਹਿ ਦਿਆ ਕਰਦੇ ਸੀ ਵੀ ਤੁਹਾਨੂੰ ਇੱਕ ਬੇਨਤੀ ਕਰਨੀ ਹੈ, ਮੈਂ ਕਿਹਾ ਦੱਸੋ। ਕਹਿੰਦੇ ਜਦੋਂ ਕੋਈ ਦੋ ਵਾਰ ਦੂਜੀ ਜਾਂ ਤੀਜੀ ਵਾਰ ਚਾਹ ਤੋਂ ਜਵਾਬ ਦੇ ਦਿੰਦਾ ਵੀ ਤੁਸੀਂ ਇਹ ਤਾਂ ਦੇਖ ਲਿਆ ਕਰੋ ਵੀ ਉਹਨਾਂ ਨਾਲ ਬੰਦੇ ਕਿੰਨੇ ਤੇ, ਤੁਸੀਂ ਕਹਿ ਦਿੰਦੇ ਵੀ ਚਾਹ ਨਹੀਂ ਚੱਲ ਜਾ ਛੋਟੂ ਦੁੱਧ ਹੀ ਲਿਆ, ਵੀ ਜੇ ਹੁਣ ਪੰਜ ਜਣੇ ਬੈਠੇ ਹਾਂ ਪੰਜ ਗਲਾਸਾਂ 'ਚ ਤਾਂ ਜਾਂ ਪੰਜ ਕੱਪਾਂ 'ਚ ਤਾਂ ਦੁੱਧ ਜਾਊਗੇ। ਪਰ ਪਰਮਾਤਮਾ ਦੀ ਐਡੀ ਬੜੀ ਅਪਾਰ ਕਿਰਪਾ ਰਹੀ ਹੈ, ਕਦੇ ਪੁੱਤੇ ਸੁਣਨੇ ਨੂੰ ਮੈਨੂੰ ਮਿਲਿਆ ਵੀ ਅੱਜ ਫਲਾਣੀ ਚੀਜ਼ ਘੱਟ ਗਈ। ਜਿਵੇਂ ਹੁਣ ਅੱਜ ਦੀ ਉਹ ਗੱਲ ਕਰਦੇ ਸੀ, ਅੱਜ ਕਹਿੰਦੇ ਵੀ 4 ਕਿਲੋ ਤਾਂ ਅਸੀਂ ਦੁੱਧ ਲੈਂਦੇ ਹੀ ਲੈਂਦੇ ਹਾਂ, ਕੌਣ ਅਸੀਂ 2 ਜਣੇ ਅਸੀਂ ਹੈ ਅਤੇ ਇੱਕ ਤਿੱਤੀ ਰਾਣੀ ਹੁਣ ਆਉਂਦੇ ਜਿਹੜੇ ਕੰਮ ਕਰਦੇ, 3 ਜਣੇ ਅਸੀਂ 4 ਕਿਲੋ ਦੁੱਧ। ਹੁਣ ਚੱਲ ਬੇਟਾ ਆਇਆ, ਅੱਜ ਇਹਨਾਂ ਨੇ 4 ਕਿਲੋ ਦੁੱਧ ਹੋਰ, ਅੱਜ 8 ਕਿਲੋ ਦੁੱਧ ਆਇਆ। ਮਤਲਬ ਵੀ ਕਦੇ 8 ਕਿਲੋ ਦੁੱਧ ਵਰਤੇ ਜਾਣਾ। ਹਰ ਮਨਦੀਪ ਮਨਦੀਪ, ਮੈਂ ਮਨਦੀਪ ਜੀ ਨੂੰ ਕਹਿੰਦਾ ਗੱਲ ਜਿਹੜੀ ਨਿਕਲੀ ਨਾ, ਹੁਣ ਦੁੱਧ ਹੀ ਹੋਣਾ ਚਾਹੀਦਾ ਮਲਾਈ। ਮੇਰੇ ਲਈ ਤਾਂ ਮਾਤਾ ਚਾਹ, ਮਾਤਾ ਨੂੰ ਪਤਾ ਮੇਰੀ ਫੇਵਰਿਟ ਚਾਹ, ਆ ਤਾਂ ਪੁੱਤ ਵੀ ਫਿਰ ਦੁੱਧ ਹੀ ਪੀਊਗਾ। ਅੱਛਾ, ਮਾਤਾ ਮੇਰੀ ਚਾਹ ਇੰਨੀ ਘੈਂਟ ਬਣਾਉਂਦੀ ਹੈ ਨਾ ਵੀ ਅਮੇਜ਼ਿੰਗ। ਮੈਂ ਇਸ ਵਾਰ ਦੇਖਿਆ ਵੀ ਇਸ ਵਾਰ ਬੜਾ ਫਰਕ ਜਿਹਾ ਦੇਖਣ ਨੂੰ ਮਿਲਿਆ ਵੀ ਜਿਹੜੇ ਮਤਲਬ ਪਾਉਂਦੇ ਹੁੰਦੇ ਤੇ ਬਈ ਕੋਠੀ ਦੇ ਕੋਲੋਂ ਲੰਘਦੇ ਆ ਦਿਲੋਂ ਕਰੋ, ਜੇ ਨਹੀਂ ਪਿਆਰ ਕਰਨਾ ਫਿਰ ਸ਼ੋਅ ਵੀ ਨਾ ਕਰੋ, ਬਸ ਦਿਖਾਵਾ ਨਾ ਕਰੋ ਕਿ ਹਾਂ ਅਸੀਂ ਕਰਦੇ ਹਾਂ। ਉਹਦੇ ਨਾਲ ਨਾ ਬੰਦਾ ਵੀ ਆਪੇ ਉਹਦੇ 'ਚ ਹੁਣ ਮੇਰੇ ਵਰਗਾ ਜਿਵੇਂ ਮੈਂ ਥੋੜ੍ਹਾ ਆਪਣੇ ਆਪ ਨੂੰ ਮਹਿਸੂਸ ਕਰਦਾ, ਮਤਲਬ ਜਿਵੇਂ ਮਸਲਾਂ ਦੀ ਪ੍ਰੋਬਲਮ ਕਰਕੇ ਫਿਰ ਕਈ ਗੱਲਾਂ ਜਦ ਮੇਰੀ ਅੱਖ ਖੁੱਲ੍ਹ ਜਾਂਦੀ ਆ ਫਿਰ ਮੈਂ ਉਹਨਾਂ ਦੇ ਵਿੱਚ ਚੱਲੇ ਜਾਂਦਾ ਵੀ ਯਾਰ ਇਹ ਕੁਛ ਪਾਉਣਾ ਜਿਹੜਾ ਦੂਜਾ ਉਹ ਗਲਤ ਵੀ ਹੋ ਰਿਹਾ, ਇਹਨਾਂ ਆਪਾਂ ਨੇ ਕਿਹੜੇ ਕੁਛ ਲੈਣਾ ਹੁੰਦਾ, ਕੁਝ ਦੇਣਾ ਹੀ ਹੁੰਦਾ ਹੈ ਨਾ। ਉਹੀ ਸਿੰਗਰ ਹੈ, ਉਹੀ ਰਾਈਟਰ ਹੈ ਅਸੀਂ, ਅਤੇ ਸਾਡੇ ਕੋਲ ਤਾਂ ਪਿਆਰ ਹੀ ਲੈ ਜੂਗਾ ਜੇ ਕੋਈ, ਠੀਕ ਹੈ ਨਹੀਂ। ਇੱਕ ਪਿਆਰ ਦੀ ਫਸਲ ਹੈ, ਜਿਹਨੂੰ ਜਿੰਨਾ ਬੀਜੂਗੇ ਉਨਾ ਦੂਣ ਸਫਾਈ ਹੁੰਦੀ ਹੈ, ਸਮਝ ਗਏ ਕਿ ਨਹੀਂ ਜੀ? ਬਿਲਕੁਲ ਬਿਲਕੁਲ ਜੀ। ਅਤੇ ਇਹਨੂੰ ਜਿੰਨਾ ਕੱਟੂਗੇ ਉਨਾ ਉਨਾ ਭਰਪੂਰ ਫਸਲ ਨੇ ਹੁਣ। ਬਿਲਕੁਲ, ਅਤੇ ਪਤਾ ਨਹੀਂ ਅੱਜ ਕੱਲ੍ਹ ਲੋਕ ਥੋੜ੍ਹਾ ਜਿਹਾ ਫਰਕ ਪੈ ਗਿਆ, ਹੁਣ ਲੋਕਾਂ ਦੇ ਸੁਭਾਅ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਗਿਆ ਹੈ ਨਾ। 19 ਆਇਆ ਜਦ ਅਸੀਂ ਥੋੜ੍ਹਾ ਜਿਹਾ ਕਰੋਨਾ ਕਰਕੇ ਸਾਨੂੰ ਲੱਗਦਾ ਸੀਗਾ ਵੀ ਆਉਣਾ ਜਾਣਾ ਘੱਟ ਹੈ, ਹੈ ਨਾ, ਵੀ ਕੋਈ ਆਉਂਦਾ ਨਹੀਂ, ਵੀ ਚਲੋ ਆਪਾਂ ਇੱਕ ਦੂਜੇ ਨੂੰ ਕਹਿੰਦੇ ਹਾਂ ਅਲੱਗ ਜਿਹਾ ਹੋ ਕੇ ਰਹੋ, ਪਰ ਹੁਣ ਅਸੀਂ ਆਏ ਹਾਂ, ਹੁਣ ਸਾਨੂੰ ਜਮਾ ਹੀ ਪਤਾ ਲੱਗ ਗਿਆ ਵੀ ਜੋ ਚਾਹੁੰਦੇ ਹੁੰਦੇ ਤੇ ਅਸੀਂ ਵੀ ਉਹਨਾਂ ਨੂੰ ਇੰਨੀ ਉਡੀਕ ਕਰਨੀ ਆਉਣਾ ਹੈ, ਹੁਣ ਵੀ ਕਰਦੇ ਹਾਂ, ਪਰ ਚਲੋ ਅੱਗੇ ਅੱਗੇ। ਅਤੇ ਕਦੇ ਇੱਦਾਂ ਹੋਇਆ ਜਿਵੇਂ ਹੁਣ ਛੋਟੀ ਜਿਹੀ ਗੱਲ ਤਾਂ ਮਾਸਟਰ ਜੀ ਨੇ ਹੁਣ ਜ਼ਿਕਰ ਵੀ ਕੀਤਾ ਹੈ ਨਾ, ਕਿਉਂਕਿ ਤੁਸੀਂ ਜੀਵਨ ਸਾਥੀ ਹੋ ਅਤੇ ਤੁਹਾਡੇ ਨਾਲ ਹਰ ਦੁੱਖ ਸੁੱਖ ਹਰ ਘੜੀ ਇਹਨਾਂ ਨੇ ਮਤਲਬ ਕਿ ਨਾਲ ਨੇੜਿਓਂ ਹੰਢਾਈ ਹੈ ਨਾ, ਅਤੇ ਕਦੇ ਕਿਸੇ ਗੱਲ ਨੂੰ ਲੈ ਕੇ ਗਿਲਾ ਕੀਤਾ ਜਾਂ ਨਿਰਾਸ਼ਾ ਕਦੇ ਹੋਈ ਹੈ ਨਾ ਕਿ
किसी तो उम्मीद होवे बट वह खरा ना उतरे होवे है ना, भावें आपां पंजाबी म्यूजिक इंडस्ट्री की गल कर लिए जां होर पास कदे किसी चीज़ वास्ते गिला किता? नहीं गिला नहीं सी करदे, पर उदा है भी जिवें आपां कोई कोई आउंदा है गाने बैठते हैं है ना, आ दे दो आ कर लो आ कर लो है ना। एक कोई इत्थे आए मास्टर जी वो मैं भी इत्थे बैठी कोई सप्प कढ़ो है ना, कोई सप्प कढ़ो मैं हसी जावा, मैं कहा कढ़ दो कोई है ना खोलो पटारी आए हसी उसी गए। चल इन्हां ने गाने गुने दे के जद कोई गाना ना आया मेरे तो जी गले च इदा हो गया ये हो गया। चलो जो दोबारा फिर आए मास्टर जी खोलो पटारी, ये हस के कहते हूँ तो उन्होंने तुम की कहना है वो तो गंडोए भी नहीं रहने। मैं क्यों भाई मेरे को कोबरे कोबरे तो नहीं गंडोए हैं मेरे को गंडोए ले जो जेडे कोबरे थोड़े को जाके भी देखो मास्टर जी इतना बढ़िया सुभाष सती मैं दादा तुम इन्हों के इन्ने गाने हूँ किस कहण में जो हम आप ऑन एयर बोलेंगे तो चुगली होनी है ना, इन्ने गाने इन्हों चोरी भी हुए ने लैके गए ने लोग पता सारे जो सुनते होंगे हूँ असं कहते चंगे भी लगते ना माता कहें चंगे लगते हैं जोड़े इतने आते थे पता नहीं कि दुनिया इतने आँदी सी मैं भी पता ठीक है, पर गल उ होंगी है कि भी वक्त पे तो कहते परखा यार आवे तेरी यारी ठीक है, गल लैना किसी ने कुछ नहीं होंगे ठीक है, बस त करके थोड़ा जा के वो खबरसार पुछण जोगे भी नहीं कई तल रहे सो वो देख के दुख हों क्योंकि मास्टर जी सेंटीमेंटल है बहुत ज्यादा बहुत इमोशनल इंसान उन्होंने सुभा च मैं चीज़ देखी है पर हूँ जो जो तुम दिखाते हो तो फिर हूँ करो है ना फॉरमैलिटी ना करो, मेरा कहने का भाव है कि किसी नाल भी करो असी हो सकता शायद इस करके थोड़ा जाके पिछे हाँ आम लोगों नालों ना क्योंकि लोग एकदम ऐ रख के पैर अगे निकल जाते हैं सानू निकलना नहीं आता बस इन्ना क फर्क है अपना फिर अपना मैं मास्टर जी माता जी इतने बैठ के सोफे दे फिर अपना पूछिए भी ऐ कर गया साढ़े ना कर गया मैं चलो कर गया हूँ की कर सकता रब भाग लग लगे हक नहीं। चलो खैर जिहड़े बंदे जो करदे हो कहिंदे ना जो बीजे ओह वढ़ना पैणा ना, जिहड़े बंदे किसे ना कुछ माड़ा करनगे उन्हां नाल बाद दे विच इक समें दे उत्ते आ के ओह सारा कुछ बीत जांदा है ना जी। सो बहुत ही चंगा लग्गिया अज तुहाडे नाल सारे नाल गल्लां बातां करके, बहुत मतलब कि वधिया इक इंटरव्यू दा माहौल भी बन गया ते अज परिवारक जिहड़ा माहौल इत्थे देखण नूं मिलिया ओह शायद जे मतलब कि स्टूडियो दे विच आपां करदे ओह चीज़ां ना मिलदियां नहीं। बहुत सारे नूं बड़ा ही चंगा लग्गिया तुसीं साडे वेहड़े च आए है ना अपने जोड़िया देखो गुरु घर जाने जी झाड़ते हैं साढ़े तो आप ही झाड़ चले है ना, सानू गुरु घर के मंदिर कित मस्जिद कितने जाने की जरूरत नहीं प्राउड मूवमेंट है जी ये कि थोड़े दर्शन वह भी भाजी करके है ना कि भाजी उस दिन स्टूडियो है परमात्मा ही जिहड़ा सवाब बनाता है ना भाजी ने उस दिन मतलब कि असी गल्लां बातां कर रहे सीगे इंटरव्यू दे विच भी सिर्फ थोड़ा नाम है ना जिक्र सब तो पहला हर एक गल दे विच ते भाजी कहिंदे कि आपां इदां सत्ती भाजी दे ना ते अज सब तो वध रंग उदों भी लग गया जदों भाजी ने अपना स्पैशली टाइम कढ़िया है ना कि मैं उस दिन फ्री हाँ सत्ती आपां उस दिन करांगे ते मैं उत्थे नाल बैठ के सारियां गल्लां बातां जिहड़ियां हैगियां उह भी नाल करांगे है ना। सत्ती जी असीं तां बहुत वड्डे भागे हैं अज साडे खातर इक ना बस वो करमा करमा वाले ही दिन है परमात्मा ही लिया है भी थोड़े इन्ने चेहरिया के समा असी थोड़ी सारी टीम दे एक नहीं कई कई बार असी थोड़े धनवादी हैं भी तुसी साढ़े सोहने सोहने पैर पाए है ना भी असी एक मैं गाना भी लिखा थी पैर जो साड़ी तुसा पाए धनवाद तेरा तुसी मिलन साढ़े पिंड आए धनवाद धनवाद तेरा। बहुत अच्छा क्या बात है बहुत खूबसूरत एंडिंग जी मिल गई तो लास्ट में भाजी हूँ एक अपन जोश के नाल जी ये इंटरव्यू खत्म करनी एक गीत हो जाए वो हूँ माता जी दसणगे केड़ा सुन गीत माता जी दसो थोड़ा फेवरेट केड़ा आप उही गाना सुनांगे मास्टर जी सारे गाने फेवरेट है नवियां चो फिर ता अगे ही बहुत भुख जड़े हैं बोलिया जरूर पावांगे। अच्छा गाना सुना देना गाना सत्ती सत्ती बहुत छोटा हुंदा सी जस्सी भाजी नहीं पिछे ने देखो कैमरे ते क्योंकि मैं उदों सत्ती मैं भी बहुत छोटा हुंदा सीगा जी जदों भाई उन्हां दा प्यार मिलिया बहुत भाई उन्हां ने कैमरे जदों मैनूं बंद करना कैद करना शुरू किया उस तो बाद ही अज सुरजीत खान बनिया फिर मास्टर उन्हां दे गीत चलते रहे है ना
ਇੱਦਾਂ ਸੋ ਜੱਸੀ ਭਾਈ ਦਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸੱਤੀ ਬਹੁਤ ਬਹੁਤ ਸ਼ੁਕਰੀਆ ਅਤੇ ਬਾਈ ਜੀ ਬੈਠੇ ਨੇ ਦੋ ਕੈਮਰੇ ਕਈ ਲੱਗੇ ਹੋਏ ਨੇ ਅੱਜ ਸ਼ੁਕਰੀਆ ਔਰ ਮਾਸਟਰ ਜੀ ਨੇ ਸਵਾੜਾ ਜੀ ਵੱਲੋਂ ਮੈਂ ਇੱਕ ਵਾਰ ਫਿਰ ਤੁਹਾਡਾ ਬਹੁਤ ਧੰਨਵਾਦ ਕਰਦਾ ਸਵਾੜੇ ਪਿੰਡ 'ਚ ਆਏ ਹੋ ਇਹ ਵੀ ਮੇਰਾ ਘਰ ਹੈ ਉਹ ਵੀ ਮੇਰਾ ਘਰ ਹੈ ਹੁਣ ਚਾਰ ਚੁਫੇਰੇ ਘਰ ਜੇ ਤੁਸੀਂ ਕੈਨੇਡਾ ਨੂੰ ਗਏ ਤਾਂ ਉੱਥੇ ਵੀ ਸਾਡਾ ਘਰ ਹੈ ਠੀਕ ਹੈ ਹਾਂਜੀ ਚਾਰ ਚੁਫੇਰੇ ਘਰ ਹੈ ਹੁਣ ਤਾਂ ਆਪ ਬੜੇ ਭਾਗਾਂ ਵਾਲੇ ਹਾਂ ਅਸੀਂ ਤਾਂ ਕਦੇ ਵੀ ਨਹੀਂ ਕਹਿੰਦੇ ਵੀ ਅਸੀਂ ਤੁਸੀਂ ਟੋਰਾਂਟੋ ਆਉਂਗੇ ਤਾਂ ਸਾਡੇ ਕੋਲ ਆਉਣਾ ਹੈ ਨਾ ਅਸੀਂ ਤੁਹਾਨੂੰ ਹੋਰ ਥੋਂ ਜਾਣੇ ਨਹੀਂ ਦੇਣਾ ਜੀ ਨਿਆਗਰਾ ਫਾਲ ਸੀਨ ਟਾਵਰ ਹਾਂਜੀ ਹਾਂਜੀ ਇਸ਼ਾਰਾ ਕਰਦੀ ਤੇਰੇ ਨਾਲ ਗੇੜਾ ਨੀ ਜ਼ਰੂਰ ਲਾਵਾਂਗੇ ਇੱਕ ਵਾਰੀ ਅੱਖ ਦਾ ਇਸ਼ਾਰਾ ਕਰਦੀ ਤੇਰੇ ਨਾਲ ਗੇੜਾ ਨੀ ਜ਼ਰੂਰ ਲਾਵਾਂਗੇ ਹੋਰ ਦੀ ਵਾਰੀ ਦਾ ਅਸੀਂ ਹੋਰ ਦੀ ਵਾਰੀ ਦਾ ਅਸੀਂ ਠੇਕਾ ਨਹੀਂ ਲਿਆ ਤੂੰ ਨੱਚੀ ਬੋਲੀਆਂ ਜ਼ਰੂਰ ਪਾਵਾਂਗੇ ਹੋਰ ਦੀ ਵਾਰੀ ਦਾ ਅਸੀਂ ਠੇਕਾ ਨਹੀਂ ਲਿਆ ਤੂੰ ਨੱਚੀ ਬੋਲੀਆਂ ਜ਼ਰੂਰ ਪਾਵਾਂਗੇ ਉਹ ਬਣ ਜਾ ਪੰਬੀਰੀ ਅੱਡੀ ਉੱਤੇ ਘੁੰਮ ਕੇ ਵਾਰਾਂਗੇ ਨਹੀਂ ਨੋਟ ਤੇ ਇੱਥੋਂ ਚੁੰਮ ਚੁੰਮ ਕੇ ਕੱਲਾ ਕੱਲਾ ਹਾਂ ਨਹੀਂ ਕੱਲਾ ਕੱਲਾ ਝਾਂਜਰਾਂ ਦਾ ਬੋਰ ਕਰਦੀ ਇੱਕ ਇੱਕ ਬੋਰ ਚੁੱਕ ਚੋਲੀ ਪਾਵਾਂਗੇ ਹੋਰ ਦੀ ਵਾਰੀ ਦਾ ਅਸੀਂ ਠੇਕਾ ਨਹੀਂ ਲਿਆ ਤੂੰ ਨੱਚੀ ਬੋਲੀਆਂ ਜ਼ਰੂਰ ਪਾਵਾਂਗੇ ਹੋਰ ਦੀ ਵਾਰੀ ਦਾ ਅਸੀਂ ਠੇਕਾ ਨਹੀਂ ਲਿਆ ਤੂੰ ਨੱਚੀ ਬੋਲੀਆਂ ਜ਼ਰੂਰ ਪਾਵਾਂਗੇ ਥੈਂਕ ਯੂ ਬਾਹਰ ਨਾ ਆਏ ਤੇ ਇੱਥੋਂ ਦਿਲ ਵਾਲਾ ਗਹਿਣਾ ਨੀ ਸਵਾੜੇ ਵਾਲੇ ਜਿੰਦਨੀ ਨਾ ਰੋਜ਼ ਕਹਿਣਾ ਨੀ ਸੂਹੀ ਫੁਲਕਾਰੀ ਲੈ ਕੇ ਮੁੱਖ ਕੱਜ ਲਈ ਸਭਨਾ ਦੇ ਸਾਹਮਣੇ ਆਪਣੀ ਬਣਾਵਾਂਗੇ ਹੋਰ ਦੀ ਵਾਰੀ ਦਾ ਅਸੀਂ ਠੇਕਾ ਨਹੀਂ ਲਿਆ ਤੂੰ ਨੱਚੀ ਬੋਲੀਆਂ ਜ਼ਰੂਰ ਪਾਵਾਂਗੇ ਹਾਏ ਹੋਰ ਦੀ ਵਾਰੀ ਦਾ ਅਸੀਂ ਠੇਕਾ ਨਹੀਂ ਲਿਆ ਤੂੰ ਨੱਚੀ ਬੋਲੀਆਂ ਜ਼ਰੂਰ ਪਾਵਾਂਗੇ ਕਿਆ ਬਾਤ ਹੈ ਭਾਜੀ ਬਹੁਤ ਵਧੀਆ ਬਹੁਤ ਵਧੀਆ ਅੱਜ ਦੀ ਜਿਹੜੇ ਇਹ ਪਲ ਅਤੇ ਅੱਜ ਦੀ ਬਹੁਤ ਇੰਟਰਵਿਊ ਖਾਸ ਬਣੀ ਕਾਫੀ ਇੰਟਰਵਿਊਜ਼ ਕਰਨ ਦਾ ਮੌਕਾ ਮਿਲਿਆ ਪਰ ਅੱਜ ਦੀ ਇਹ ਜਿਹੜੀ ਖਾਸ ਮੁਲਾਕਾਤ ਸਾਰਿਆਂ ਨਾਲ ਹੋਈ ਨਾ ਇਹ ਇੱਕ ਅਨਫੋਰਗੈਟੇਬਲ ਜਿਹੜਾ ਮੂਮੈਂਟ ਉਹ ਬਣ ਗਿਆ ਹੈ ਨਾ ਤੁਸੀਂ ਹੁਣ ਇੱਕ ਤਾਂ ਦੋਵੇਂ ਬੇਟਿਆਂ ਦੀ ਫੋਟੋ ਤੁਸੀਂ ਕਹਿੰਦੇ ਸੀ ਜੀ ਜੀ ਪੂਰਾ ਪਰਿਵਾਰ ਮੈਂ ਕਹਿੰਦਾ ਥੋੜ੍ਹਾ ਜਿਹਾ ਪਰਿਵਾਰ ਦੇ ਬਾਰੇ ਵੀ ਆਪਾਂ ਜੀ ਪੂਰਾ ਪਰਿਵਾਰ ਉਹਨਾਂ ਦਾ ਬੇਟਾ ਤੇ ਇੱਕ ਬੇਟਾ ਛੋਟਾ ਲੱਕੀ ਹੈ ਵੱਡਾ ਬੇਟਾ ਮਿੱਠਾ ਛੋਟਾ ਨਿਕਨੇ ਮਿੱਠਾ ਉਹ ਹੈਗਾ ਟੋਰਾਂਟੋ ਤੇ ਹਰਦੀਪ ਭਾਜੀ ਉਹਨੇ ਪਿੱਛੇ ਬੈਠੇ ਨੇ ਮਾਈਕ ਆਪਾਂ ਨੂੰ ਦੇਣਾ ਪੈਣਾ ਲੱਗਦਾ ਮਾਈਕ ਨਹੀਂ ਹੋਊਗਾ ਭਾਜੀ ਕੋਲ ਕੋਈ ਗੱਲ ਨਹੀਂ ਮਾਈਕ ਜਿੱਥੇ ਵੀ ਜਾਂਦੇ ਆ ਤੇ ਜਦੋਂ ਗੱਲਬਾਤ ਹੁੰਦੀ ਹੈ ਤੇ ਬਹੁਤ ਪਿਆਰ ਦਿੰਦੇ ਆ ਸਾਰੇ ਜਣੇ ਕਿ ਤੁਸੀਂ ਮਾਣ ਮਹਿਸੂਸ ਕਰਦੇ ਆ ਕਿ ਤੁਸੀਂ ਇਹਨਾਂ ਦੇ ਬੇਟੇ ਹੋ ਤੇ ਸਭ ਤੋਂ ਵੱਡਾ ਕੰਪਲੀਮੈਂਟ ਕਿਹੜਾ ਮਿਲਿਆ ਸੀ ਔਰ ਕਦੋਂ ਮਿਲਿਆ ਸੀ ਜਿਹੜਾ ਤੁਹਾਨੂੰ ਹਮੇਸ਼ਾ ਯਾਦ ਰਹਿੰਦਾ ਜੁੱਤੀ ਚੂੰ ਚੂੰ ਕਰਦੀ ਹੈ ਗਾਣਾ ਜਦੋਂ ਸੁਰਜੀਤ ਬਾਜੀ ਦਾ ਆਇਆ ਸੀਗਾ ਤੇ ਜੱਟਾਂ ਦੇ ਪੁੱਤ ਮਾੜੇ ਹੋਏ ਤੇ ਸਾਰਿਆਂ ਨੇ ਬੜੇ ਪਸੰਦ ਕਰੇ ਸੀਗੇ ਤੇ ਕਿੱਕਲੀ ਪਾ ਕੇ ਜਿੰਨੇ ਵੀ ਹੈ ਸਾਰੇ ਇਸ ਜੋੜੀ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਹਰ ਇੱਕ ਗਾਣੇ ਨੂੰ ਪ੍ਰਵਾਨ ਸਟਾਰ ਮਿਲਦੇ ਆ ਮੈਂ ਤਾਂ ਪਹਿਲਾਂ ਦੱਸ ਚੁੱਕਿਆ ਜੀ ਪਰ ਲੱਕੀ ਮੈਂ ਤੁਹਾਨੂੰ ਦੱਸਣ ਲੱਗਾ ਤੇ ਬਹੁਤ ਸਾਰੇ ਗਾਣੇ ਇਹ ਦੱਸਦਾ ਮੈਨੂੰ ਮਾਸ ਜੀ ਨੂੰ ਇੰਨੇ ਗਾਣੇ ਲਿਖ ਕੇ ਭੁੱਲ ਜਾਂਦੇ ਆ ਕਿਉਂਕਿ 25,000 ਗਾਣੇ ਲਿਖੇ ਹੋਏ ਮਾਸ ਜੀ ਉਹਨਾਂ ਨੂੰ ਪਤਾ ਨਹੀਂ ਹੋਣਾ ਅੱਛਾ ਲੱਕੀ ਹੁਣ ਯੰਗ ਆ ਬਹੁਤ ਆ ਹਨਾ ਤੇ ਉਹ ਉਹਨੂੰ ਪਤਾ ਹੁੰਦਾ ਵੀ ਜਿੱਦਾਂ ਤੂੰ ਨੱਚੀ ਬੋਲੀ ਆ ਜ਼ਰੂਰ ਪਾਵਾਂਗੇ ਪਰ ਬਹੁਤ ਵਧੀਆ ਹੋਇਆ ਕਿ ਹਾਜ਼ਰੀ ਤੁਹਾਡੀ ਵੀ ਲੱਗ ਗਈ ਤੇ ਬਹੁਤ ਵਧੀਆ ਲੱਗਿਆ ਸੋ ਥੈਂਕ ਯੂ ਸੋ ਮਚ ਵੰਸ ਅਗੇਨ ਸਾਰਿਆਂ ਦਾ ਕਿ ਤੁਸੀਂ ਆਪਣਾ ਟਾਈਮ ਦਿੱਤਾ ਤੇ ਗੱਲਾਂ ਬਾਤਾਂ ਕੀਤੀਆਂ ਹੈ ਨਾ ਸੋ ਉਮੀਦ ਕਰਦੇ ਹਾਂ ਕਿ ਮੁਲਾਕਾਤ ਜਿਹੜੀ ਹੈ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਈ ਹੋਊਗੀ ਅਤੇ ਚੈਨਲ ਸਤਰੰਗ ਨੂੰ ਜਿਨ੍ਹਾਂ ਨੇ ਅੱਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਮਿਲਾਂਗੇ ਸਤਰੰਗ ਸੈਲੀਬ੍ਰਿਟੀ ਦੇ ਅਗਲੇ ਐਪੀਸੋਡ ਦੇ ਵਿੱਚ ਦਿਓ ਆ ਗਿਆ ਧੰਨਵਾਦ ਹੁਣੇ ਤੁਸੀਂ ਸਤਰੰਗ ਸੈਲੀਬ੍ਰਿਟੀ ਦਾ ਜਿੰਦ ਸਵਾੜਾ ਜੀ ਦੇ ਨਾਲ ਪਾਰਟ 2 ਵੇਖਿਆ ਤੁਸੀਂ ਵੇਖਦੇ ਹੋ ਕਿ ਹੁਣ ਮੈਂ ਇਸ ਟਾਈਮ ਕਿੱਥੇ ਆ ਗਿਆ ਦਰਅਸਲ ਜਿੰਦ ਸਵਾੜਾ ਜੀ ਜਿਨ੍ਹਾਂ ਨਾਲ ਹੁਣੇ ਅਸੀਂ ਪਾਰਟ 2 ਦੇ ਵਿੱਚ ਬੈਠੇ ਗੱਲਾਂ ਕਰ ਰਹੇ ਸੀਗੇ ਇਹ ਇੰਟਰਵਿਊ
तकरीबन साडा फरवरी दे विच शूट होया सी। सानू नहीं पता सीगा कि पार्ट टू आउण तक इस तरीके दे नाल मैनू इह एंडिंग करनी पवेगी कि जिंद सवाड़ा जी हुण साडे विचकार नहीं रहे। पिछले दिन ही उह सानू विछोड़ा दे गए। परिवार नूं बहुत वड्डा सदमा, उहनां दे चाहुण वाले नूं बहुत वड्डा सदमा, ईवन कि मैनू भी इह यकीन नहीं हो रहा, ना मेरे कोल शब्द आ रहे ने, ना मैनू कुछ समझ आ रहा कि किस तरीके दे नाल अज्ज साडा इह सतरंग सैलीब्रिटी दा एपीसोड जिहड़ा हैगा मैं उह खत्म करन लग्गिया। बड़ा चंगा एक टाइम सीगा जिहड़ा जिंद सवाड़ा जी दे नाल बिताया। उन्होंने घर पिछले 3-4 घंटे जिहड़े उन्होंने नाल बिताए असी इस इंटरव्यू के दौरान, वह हमेशा एक यादगार बन के रह गए। उन्हां दीआं गल्लां वो कन्नां चों नहीं जांदियां, उन्हां दा बुलाउण दा अंदाज वह हमेशा दिमाग दे विच आंदा जांदा रहिंदा है कि किस तरीके दे नाल वह प्यार दे नाल बोलदे सीगे, पुत्तर जी पुत्त जी संबोधन करके हर एक नूं, कोई भी उन्हां दे परिवार दे विच आ जांदा सीगा वह हर एक नूं इसे तरीके दे नाल बुलाउंदे सीगे। पर हुण इस टाइम मैं तुहानूं दस्सदा कि असीं जिंद सवाड़ा जी दे पिंड खड़े हाँ, सवाड़ा विखे, तो गुरद्वारा साहब जिहड़ा सवाड़ा पिंड दे विच पैंदा उत्थे खड़े हाँ। तो 22 अप्रैल नूं अज उन्हां दा अंतिम अरदास ते भोग पिंड दे गुरद्वारा साहब दे विच रखी गई सी, जिथे कि जिहड़े गायकां ने उन्हां दे लिखे हुए गीत गाए वह भी बहुत सारे गायक पहुँचे, उन्हां दे चाहुण वाले, उन्हां दे रिश्तेदार, उन्हां दे दोस्त, उन्हां दा होर सर्कल सारा इत्थे पहुँचा होया सी। ते उन्हां दे ना दिल दे विच इक बहुत इच्छा सीगी कि मेरा ਵੱਡਾ ਬੇਟਾ ਜਿਹੜਾ ਹੈਗਾ, ਹਾਲਾਂਕਿ ਛੋਟਾ ਬੇਟਾ ਲੱਕੀ, ਉਹਨੂੰ ਤੁਸੀਂ ਇਸ ਇੰਟਰਵਿਊ ਦੇ ਵਿੱਚ ਸੁਣਿਆ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ, ਪਰ ਉਹਨਾਂ ਦੇ ਦਿਲ ਦੇ ਵਿੱਚ ਇੱਕ ਇੱਛਾ ਸੀਗੀ ਕਿ ਪਾਰਟ 2 ਦੇ ਵਿੱਚ ਮੇਰਾ ਬੇਟਾ ਵੱਡਾ ਵੀ ਜ਼ਰੂਰ ਹੋਵੇ। ਅਤੇ ਅੱਜ ਖੈਰ ਇੱਕ ਮੌਕਾ ਤਾਂ ਨਹੀਂ, ਪਰ ਮੈਂ ਜ਼ਰੂਰ ਕੋਸ਼ਿਸ਼ ਕਰਦਾ ਕਿ ਉਹਨਾਂ ਦੇ ਨਾਲ ਥੋੜ੍ਹੀ ਬਹੁਤੀ ਗੱਲਬਾਤ ਜੇ ਹੋ ਸਕੇ ਤਾਂ ਉਹਨਾਂ ਨਾਲ ਗੱਲਬਾਤ ਕਰਵਾਵਾਂ। ਬਾਈ ਸੁਰਜੀਤ ਖਾਨ ਜੀ ਦੇ ਨਾਲ ਵੀ ਕੋਸ਼ਿਸ਼ ਕਰਾਂਗੇ ਕਿ ਗੱਲ ਹੋਵੇ। ਸੋ ਆਓ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਪਰਿਵਾਰ ਦੇ ਨਾਲ। ਉਹਨਾਂ ਦੇ ਵੱਡੇ ਬੇਟੇ ਮਨਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਬਾਈ ਸੁਰਜੀਤ ਖਾਨ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਰਾ। ਅਤੇ ਉਹਨਾਂ ਦੇ ਛੋਟੇ ਵੱਡੇ ਲੱਕੀ ਵੀਰਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ। ਸੋ ਅੱਜ ਅੰਤਿਮ ਅਰਦਾਸ ਦੇ ਭੋਗ ਦੇ ਮੌਕੇ 'ਤੇ ਇੱਥੇ ਖੜ੍ਹੇ ਹਾਂ, ਅਤੇ ਮੈਂ ਚਾਹੁੰਦਾ ਕਿ ਕਿਉਂਕਿ ਮਨਿੰਦਰ ਵੀਰਾ ਉਸ ਟਾਈਮ ਨਹੀਂ ਸੀਗਾ, ਅਸੀਂ ਜਦੋਂ ਪਹਿਲਾਂ ਇੰਟਰਵਿਊ ਸ਼ੂਟ ਕੀਤਾ ਹੈ ਨਾ, ਪਹਿਲਾ ਪਾਰਟ ਜਿਹੜਾ ਰਿਲੀਜ਼ ਕਰਤਾ ਸੀ ਅਤੇ ਪਾਰਟ 2 ਅੱਜ ਰਿਲੀਜ਼ ਕੀਤਾ। ਸੋ ਮਨਿੰਦਰ ਵੀਰਾ ਨਹੀਂ ਸੀ, ਉਹਨਾਂ ਨੇ ਉਹਨਾਂ ਦੇ ਨਾ ਦਿਲ ਦੇ ਵਿੱਚ ਇੱਕ ਇੱਛਾ ਸੀਗੀ ਕਿ ਜ਼ਰੂਰ ਹਾਜ਼ਰੀ ਲੱਗਣੀ ਚਾਹੀਦੀ ਹੈ। ਸੋ ਮੇਰਾ ਸੀਗਾ ਕਿ ਮੋਟਿਵ ਕਿ ਜ਼ਰੂਰ ਹੁਣ ਜਾਂ ਅੱਜ ਇੱਥੇ ਮਿਲੇ ਹੋਏ ਹੈ ਨਾ, ਤੁਸੀਂ ਬਾਹਰੋਂ ਵੀ ਇੱਥੇ ਆਏ ਹੋਏ ਹੋ, ਸੋ ਜ਼ਰੂਰ ਕੁਛ ਨਾ ਕੁਛ ਸ਼ਬਦ ਬੋਲ ਦਿਓ ਹੈ ਨਾ। ਸਤਿ ਸ਼੍ਰੀ ਅਕਾਲ ਜੀ। ਜਿਹੜੇ ਵੀ ਮੇਰੇ ਪਾਪਾ ਜਿੰਦ ਸਵਾੜਾ ਜੀ ਨੂੰ ਪਿਆਰ ਕਰਨ ਵਾਲਿਆਂ ਨੂੰ ਸਾਰਿਆਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਜੀ। ਅਤੇ ਉਹਨਾਂ ਦੀ ਇੱਕ ਦਿਲੀ ਖੁਆਇਸ਼ ਸੀਗੀ ਵੀ ਅਸੀਂ ਸਾਰੇ ਭੈਣ ਭਰਾ ਇਕੱਠੇ ਹੋਈਏ, ਪਰ ਐਕਚੁਲੀ ਉਹ ਟਾਈਮ ਥੋੜ੍ਹਾ ਜਿਹਾ ਡਿਫਰੈਂਟ ਟਾਈਮ ਹੈ ਜਦੋਂ ਅਸੀਂ ਸਾਨੂੰ ਇੱਦਾਂ ਦਾ ਮਤਲਬ ਉਹ ਟਾਈਮ 'ਤੇ ਇਕੱਠੇ ਹੋਣਾ ਪਿਆ ਸਾਨੂੰ ਸਾਰਿਆਂ ਨੂੰ। ਅਤੇ ਪਹਿਲੀ ਇੰਟਰਵਿਊ 'ਚ ਮੈਂ ਆ ਨਹੀਂ ਸਕਿਆ ਉਦੋਂ, ਅਤੇ ਉਹਨਾਂ ਦਾ ਇਹ ਵੀ ਸੀਗਾ ਵੀ ਅਸੀਂ ਪਰਿਵਾਰ ਪੂਰਾ ਹੋਈਏ। ਅਤੇ ਮੈਂ ਦਿਲੋਂ ਧੰਨਵਾਦ ਕਰਦਾ ਸਾਰਿਆਂ ਦਾ ਤੁਹਾਡਾ, ਅਤੇ ਪਹਿਲੀ ਇੰਟਰਵਿਊ ਜਿਨ੍ਹਾਂ ਨੇ ਵੀ ਦੇਖੀ ਹੈ ਅਤੇ ਉਹਨਾਂ ਨੂੰ ਸਤਿਕਾਰ ਅਤੇ ਪਿਆਰ ਦਿੱਤਾ, ਅਤੇ ਉਹਨਾਂ ਦੀ ਸਾਨੂੰ ਇਹ ਨਹੀਂ ਸੀ ਪਤਾ ਅਸੀਂ ਦੂਜੀ ਇੰਟਰਵਿਊ 'ਤੇ ਵੀ ਉਹ ਸਾਡੇ ਵਿੱਚ ਨਹੀਂ ਹੋਣਗੇ, ਅਤੇ ਬਿਮਾਰ ਜ਼ਰੂਰ ਸੀਗੇ ਉਹ ਪਹਿਲਾਂ। ਮੈਂ ਦੇਖ ਸਕਦਾ ਕਿ ਬਹੁਤ ਜ਼ਿਆਦਾ, ਕਿਉਂਕਿ ਇਹ ਇੱਕ ਮਾਹੌਲ ਇੱਕ ਐਸਾ ਹੈਗਾ ਇਸ ਟਾਈਮ ਹੈ ਨਾ ਕਿ ਜਿਹੜੇ ਇਮੋਸ਼ਨਸ ਉਹ ਦੇਖੇ ਜਾ ਸਕਦੇ ਹੈ ਨਹੀਂ। ਅਤੇ ਮੈਂ ਸੁਰਜੀਤ ਖਾਨ ਬਾਈ ਜੀ ਨੂੰ ਕਹੂੰਗਾ ਕਿ ਜਿੰਨੇ ਵੀ ਇੱਥੇ ਆਏ ਹੋਏ ਹੈ ਸੋ ਸਾਰਿਆਂ ਦਾ ਇੱਕ ਵਾਰ ਧੰਨਵਾਦ ਵੀ ਜ਼ਰੂਰ ਕਰ ਦਿਓ ਨੇ। ਸਤੀ ਬਾਈ, ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਅੱਜ ਮਾਸਟਰ ਜਿੰਦ ਸਵਾੜਾ ਜੀ ਦੇ ਅੰਤਿਮ ਅਰਦਾਸ ਕਹਿ ਦਿੰਦੇ ਹਾਂ, ਪਰ ਅੰਤਿਮ ਅਰਦਾਸ ਕਿਉਂਕਿ ਸਾਡੇ ਦਿਲਾਂ 'ਚ ਜਿੰਦਾ ਰਹਿਣਾ, ਉਹ ਇੱਦਾਂ ਦੀ ਰੂਹ ਸੀਗੀ ਕਿ ਸਦੀਆਂ ਤੱਕ ਰਹਿਣੇ, ਉਹਨਾਂ ਦੇ ਇੰਨਾ ਕੁਛ ਲਿਖ ਚੁੱਕੇ ਨੇ ਔਰ ਇੰਨਾ ਕੁਛ ਲਿਖਿਆ ਪਿਆ, ਇੰਨਾ ਕੁਛ ਸਾਹਮਣੇ ਆ ਗਿਆ। ਮੈਂ ਇੱਕ ਵਾਰ ਫਿਰ ਕਹਿੰਦਾ ਕਿ ਵੀ ਜਦੋਂ ਤੱਕ ਸੁਰਜੀਤ ਖਾਨ ਦੀ ਆਵਾਜ਼ ਰਹੂਗੀ ਉਦੋਂ ਤੱਕ ਮਾਸਟਰ ਜਿੰਦ ਸਵਾੜਾ ਜੀ। ਮੈਂ ਸੱਚੀ, ਮੈਨੂੰ ਖੁਦ ਨੂੰ ਅੱਜ ਬੜਾ ਇੱਥੇ ਨਾ ਦੇਖ ਕੇ, ਨਾ ਸ਼ਬਦ ਔੜ ਰਹੇ ਹੈ, ਸਾਰੇ ਸਮਝ ਸਕਦੇ ਹੋਵੋਗੇ ਹੈ ਨਾ ਕਿ ਨਾ ਸ਼ਬਦ ਔੜ ਰਹੇ, ਨਾ ਬੰਦਾ ਕੁਛ ਕਹਿ ਸਕਦਾ ਇਸ ਸਿਚੁਏਸ਼ਨ ਦੇ ਵਿੱਚ, ਕਿਉਂਕਿ ਨਾ ਉਹਨਾਂ ਦੇ ਨਾਲ ਜਿਹੜਾ ਵੀ ਬੰਦਾ, ਜਿਹੜਾ ਵੀ ਇਨਸਾਨ ਇੱਕ ਵਾਰ ਵੀ ਮਿਲ ਲੈਂਦਾ ਸੀ ਨਾ, 5 ਮਿੰਟ ਲਈ ਵੀ ਬੈਠ ਜਾਂਦਾ ਸੀਗਾ, ਤਾਂ ਉਹ ਉਹਨੂੰ ਆਪਣਾ ਬਣਾ ਲੈਂਦੇ ਸੀਗੇ, ਉਹਨਾਂ ਦੇ ਦਿਲ ਤੱਕ ਉਤਰ ਜਾਂਦੇ ਸੀਗੇ। ਅਤੇ ਲੱਕੀ ਵੀਰਾ, ਹਾਲਾਂਕਿ ਪਾਰਟ 2 ਦੇ ਵਿੱਚ ਜਿਹੜੀ ਇੰਟਰਵਿਊ ਦੇ ਵਿੱਚ ਵੀਰੇ ਨੇ ਬੋਲਿਆ ਵੀ ਉਹਨਾਂ ਬਾਰੇ, ਬਟ ਉਸ ਟਾਈਮ ਜਿਹੜਾ ਸੀਗਾ ਕਿ ਕਿਉਂਕਿ ਪਰਿਵਾਰ ਦੇ ਵਿੱਚ ਬੈਠੇ ਸੀਗੇ ਹੈ ਨਾ, ਕੁਛ ਨਹੀਂ ਪਤਾ ਸੀਗਾ ਕਿ ਇਹ ਮਾਹੌਲ ਕਾਹਲੂ ਹੋ ਜਾਣਾ ਅਤੇ ਆਪਾਂ ਇਸ ਮੌਕੇ 'ਤੇ ਸਾਰੇ ਇਕੱਠੇ ਹੋਵਾਂਗੇ। ਹਾਂਜੀ ਹਾਂਜੀ, ਬੜਾ ਔਖਾ ਹੈ ਜੀ ਸਾਡੇ ਲਈ ਇੱਦਾਂ ਦਾ, ਸਾਨੂੰ ਪਤਾ ਨਹੀਂ ਸੀਗਾ ਵੀ ਸਾਡੇ ਫਾਦਰ ਸਾਹਿਬ ਇੰਨੀ ਛੇਤੀ ਸਾਨੂੰ ਛੱਡ ਕੇ ਚਲੇ ਜਾਣਗੇ,
ਤੇ ਅਚਾਨਕ ਹੀ ਢਿੱਲੇ ਹੋਏ ਤੇ ਪਰਿਵਾਰ ਲਈ ਬਹੁਤ ਔਖਾ ਆ, ਪਰ ਜਿੰਨੇ ਉਹਨਾਂ ਦੇ ਚਾਹੁਣ ਵਾਲੇ ਆ ਤੇ ਜਿੰਨੇ ਉਹਨਾਂ ਨੂੰ ਪਿਆਰ ਕਰਦੇ ਆ ਉਹ ਸਾਰੇ ਸਾਡੇ ਨਾਲ ਇਸ ਦੁੱਖ ਦੀ ਘੜੀ 'ਚ ਸਾਡੇ ਨਾਲ ਖੜ੍ਹੇ ਆ, ਹਾਜ਼ਰ ਹੋਏ ਆ ਅਤੇ ਸਾਡਾ ਜਿਹੜਾ ਦੁੱਖ ਵੰਡਾਉਣ ਦੇ ਵਿੱਚ ਸਾਡੇ ਨਾਲ ਸਹਿਯੋਗ ਦੇ ਰਹੇ ਆ। ਇੱਕ ਮੈਂ ਤੁਹਾਨੂੰ ਦੱਸਦਾ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਕਿ ਜਿੰਦ ਸਵਾੜਾ ਜੀ ਦੇ ਪੂਰੇ ਪਰਿਵਾਰ ਵੱਲੋਂ ਅੱਜ ਇੱਕ ਐਲਾਨ ਕੀਤਾ ਗਿਆ ਕਿ ਪਿੰਡ ਸਵਾੜਾ ਦੇ ਵਿੱਚ ਇੱਕ ਲਾਇਬ੍ਰੇਰੀ ਖੋਲ੍ਹੀ ਜਾਊਗੀ ਉਹਨਾਂ ਦੀ ਯਾਦ ਦੇ ਵਿੱਚ ਜਿੰਦ ਸਵਾੜਾ ਜੀ ਦੇ, ਹੈ ਨਾ, ਕਿ ਜਿੰਨੇ ਕਿਉਂਕਿ ਉਹਨਾਂ ਨੂੰ ਖੁਦ ਉਹ ਕਲਮ ਦੇ ਧਨੀ ਸੀਗੇ, ਉਹਨਾਂ ਨੂੰ ਲਿਖਣ ਪੜ੍ਹਨ ਦਾ ਸ਼ੌਂਕ ਸੀਗਾ, ਤਾਂ ਕਿ ਜਿਹੜੇ ਹੋਰ ਨਵੀਂ ਯੂਥ ਹੈਗੀ ਹੈ, ਨਵੀਂ ਪੀੜ੍ਹੀ ਹੈਗੀ ਆ, ਉਹ ਪੜ੍ਹ ਸਕੇ, ਹੈ ਨਾ। ਥੋੜ੍ਹਾ ਜਿਹਾ ਉਹਦੇ ਬਾਰੇ ਦੱਸ। ਤੁਹਾਨੂੰ ਸਾਰਿਆਂ ਨੂੰ ਪਤਾ ਜੀ ਪਾਪਾ ਜੀ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਸੀਗੇ, ਉਹਨਾਂ ਨੇ ਜਿੰਨੇ ਵੀ ਗਾਣੇ ਲਿਖੇ ਆ ਅਤੇ ਸਾਰੇ ਪੰਜਾਬੀ ਸੱਭਿਆਚਾਰ ਦੇ ਰਿਲੇਟਡ ਹੀ ਲਿਖੇ ਆ, ਅਤੇ ਇਸ ਕਰਕੇ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਹੈ ਕਿ ਅਸੀਂ ਇੱਥੇ ਇੱਕ ਲਾਇਬ੍ਰੇਰੀ ਬਣਾਈਏ ਅਤੇ ਜਿੰਨਾ ਵੀ ਆਪਣਾ ਸਾਡਾ ਪਿੰਡ ਦੇ ਹੈਗੇ ਜਾਂ ਆਲੇ ਦੁਆਲੇ ਦੇ ਜਿੰਨੇ ਵੀ ਬੱਚੇ ਹੈਗੇ ਉਹਨੂੰ ਅਸੀਂ ਪੰਜਾਬੀ ਲਿਟਰੇਚਰ ਨਾਲ ਜੋੜ ਸਕੀਏ ਅਤੇ ਉਹ ਆਪਣਾ ਪਸੰਦ ਦੀਆਂ ਬੁੱਕਸ ਵਗੈਰਾ ਇੱਥੇ ਆ ਕੇ ਰੀਡ ਕਰ ਸਕਦੇ ਆ, ਪੜ੍ਹ ਸਕਦੇ ਆ ਜੀ। ਅਤੇ ਦੇਖੋ ਜੀ ਬਾਕੀ ਚਲੋ, ਬਹੁਤ ਬਹੁਤ ਧੰਨਵਾਦ। ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲਊਂਗਾ ਕਿਉਂਕਿ ਮਾਹੌਲ ਜਿਹੜਾ ਹੈਗਾ ਉਹ ਇਸ ਤਰੀਕੇ ਦਾ ਨਹੀਂ ਹੈਗਾ। ਸੋ ਬੜਾ ਅਫਸੋਸ ਹੈ ਇਸ ਚੀਜ਼ ਵਾਸਤੇ, ਹੈ ਨਾ, ਕਿ ਅੱਜ ਜਿੰਦਸਵਾੜਾ ਜੀ ਇਸ ਤਰੀਕੇ ਦੇ ਨਾਲ, ਹੈ ਨਾ, ਸਾਨੂੰ ਵਿਛੋੜਾ ਦੇ ਗਏ, ਪਰ ਉਹਨਾਂ ਦੇ ਗੀਤ ਹਮੇਸ਼ਾ ਉਹਨਾਂ ਨੂੰ ਅਮਰ ਰੱਖਣਗੇ ਕਿਉਂਕਿ ਰਹਿੰਦੀ ਦੁਨੀਆ ਤੱਕ ਉਹਨਾਂ ਦੇ ਗੀਤ ਵੱਜਦੇ ਰਹਿਣਗੇ। ਹਾਲਾਂਕਿ ਸੁਰਜੀਤ ਖਾਨ ਬਾਈ ਜੀ ਨੇ ਵੀ ਦੱਸਿਆ ਕਿ ਉਹਨਾਂ ਦੇ ਤਕਰੀਬਨ 25,000 ਗੀਤ ਜਿਹੜਾ ਲਿਖਿਆ ਹੋਇਆ ਪਿਆ। 25,000 ਗੀਤ ਲਿਖਿਆ ਪਿਆ, ਔਰ ਮੇਰੇ ਖਿਆਲ ਦੇ ਵਿੱਚ ਕਿ 20-25 ਗਾਣੇ ਤਾਂ ਮੇਰੇ ਬਿਲਕੁਲ ਰੈਡੀ ਨੇ, ਮੈਂ ਭਾਵੇਂ ਜਦੋਂ ਹਰ ਮੰਥ ਗਾਣਾ ਕੱਢ ਸਕਦਾ ਵਾਂ ਉਹਨਾਂ ਦਾ, ਇੰਨੇ ਗਾਣੇ ਪਏ ਨੇ। ਸੋ ਜਦੋਂ ਤੱਕ ਮੇਰੀ ਆਵਾਜ਼ ਮੇਰੇ ਕੋਲ ਹੈਗੀ ਆ ਉਦੋਂ ਤੱਕ ਜਿੰਦ ਸਵਾੜਾ ਸਾਡੇ ਵਿੱਚ ਹੀ ਰਹਿਣਗੇ, ਉਹ ਹਮੇਸ਼ਾ ਹੀ ਰਹਿਣਗੇ ਬਾਈ ਜੀ, ਹਮੇਸ਼ਾ ਹੀ ਰਹਿਣਗੇ। ਸੋ ਧੰਨਵਾਦ ਜੀ।